ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ। ਮੈਂ ਵਿਨੇ ਜੋਸ਼ੀ, ਤੁਹਾਡਾ ਸਭ ਦਾ ਦੋਸਤ, ਪਿਆਰਾ ਜਿਹਾ ਹੋਸਟ, ਇੱਕ ਵਾਰੀ ਫਿਰ ਹਾਜ਼ਰ ਹੈ। ਜਿਵੇਂ ਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਮਿਸਿਸ ਪੰਜਾਬ ਦੀ ਪੂਰੀ ਟੀਮ ਅਲੱਗ ਅਲੱਗ ਸ਼ਹਿਰਾਂ 'ਚ ਜਾ ਕੇ ਆਡੀਸ਼ਨ ਕਰ ਰਹੀ ਹੈ। ਜਿਹੜਾ ਸਫ਼ਰ ਸ਼ੁਰੂ ਹੋਇਆ ਸੀ ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਪਠਾਨਕੋਟ, ਅਤੇ ਅੱਜ ਅਸੀਂ 9 to 9 ਐਂਟਰਟੇਨਮੈਂਟ ਦੀ ਪੂਰੀ ਟੀਮ ਦੇ ਨਾਲ ਪਹੁੰਚ ਚੁੱਕੇ ਹਾਂ ਸ਼ਹਿਰ ਚੰਡੀਗੜ੍ਹ ਦੇ ਵਿੱਚ ਮਿਸਿਸ ਚੰਡੀਗੜ੍ਹ ਸਿਲੈਕਟ ਕਰਨ ਲਈ। ਅਤੇ ਦੋਸਤੋ, ਅੱਜ ਜਿਵੇਂ ਕਿ ਤੁਹਾਨੂੰ ਪਤਾ ਕਿ ਬਹੁਤ ਵੱਡੀਆਂ ਵੱਡੀਆਂ ਸੈਲੀਬ੍ਰਿਟੀ ਸਾਡੇ ਨਾਲ ਇਸ ਈਵੈਂਟ ਦੇ ਵਿੱਚ ਜੁੜੀਆਂ ਨੇ, ਅਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਮਿਲਾਊਂਗਾ ਆਪਣੇ ਨਾਲ ਸਾਡੇ ਪੰਜਾਬ ਦੇ ਖੂਬਸੂਰਤ ਮਾਡਲ, ਮੇਰੀ ਮੁਰਾਦ ਹੈ, ਮੇਰੇ ਨਾਲ ਅੱਜ ਕੋ ਹੋਸਟ ਕਰਨਗੀਆਂ ਈਵੈਂਟ ਨੂੰ, ਕਿਰਨ ਰੰਧਾਵਾ ਜੀ ਨਾਲ। ਅਤੇ ਮੈਂ ਗੁਜ਼ਾਰਿਸ਼ ਕਰੂੰਗਾ ਕਿਰਨ ਜੀ, ਪਲੀਜ਼ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦਾ ਸਾਡਾ ਪ੍ਰੋਗਰਾਮ ਮਿਸਿਸ ਪੰਜਾਬ 2019, ਜਿਸਦਾ ਕਿ ਸਫ਼ਰ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ। ਔਰ ਕਾਫੀ ਸਿਟੀਜ਼ ਦਾ ਸਫ਼ਰ ਕਰਕੇ ਅੱਜ ਅਸੀਂ ਪਹੁੰਚੇ ਹਾਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ। ਔਰ ਸੂਰਤ ਅਤੇ ਸੀਰਤ ਦੇ ਸੁਮੇਲ ਦੇ ਇਸ ਮੁਕਾਬਲੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਨਾਲ ਜੁੜੀ ਹਾਂ ਜੀ, ਇੱਕ ਐਂਕਰ ਦੇ ਤੌਰ 'ਤੇ। ਔਰ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ। ਔਰ ਵਿਨੇ ਜੀ ਨੂੰ, ਜਿਨ੍ਹਾਂ ਨੂੰ ਮੈਂ ਕਲਿਪਸ ਵਿੱਚ ਦੇਖਿਆ, ਹੋਰ ਐਂਕਰ ਸ਼ੋ ਐਂਕਰ ਕਰਦੇ ਦੇਖਿਆ, ਔਰ ਅੱਜ ਇਹਨਾਂ ਨੂੰ ਲਾਈਵ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ। ਔਰ ਉਹ ਪਰਸਨੈਲਿਟੀ ਜਿਨ੍ਹਾਂ ਨੂੰ ਆਪਾਂ ਐਂਕਰਿੰਗ ਕਰਦੇ ਦੇਖਦੇ ਹਾਂ, ਅੱਜ ਉਹਨਾਂ ਨਾਲ ਮੰਚ ਸ਼ੇਅਰ ਕਰਨ ਨੂੰ ਮਿਲ ਗਿਆ, ਔਰ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਜੀ। ਕਿਰਨ ਜੀ, ਸਾਡੇ ਲਈ ਵੀ ਬੜੇ ਮਾਣ ਦੀ ਗੱਲ ਹੈ ਕਿ ਅੱਜ ਤੁਹਾਡੇ ਨਾਲ ਅਸੀਂ ਸਟੇਜ ਸ਼ੇਅਰ ਕਰਾਂਗੇ, ਅਤੇ ਰਲ ਮਿਲ ਕੇ ਧਮਾਲਾਂ ਵੀ ਪਾਵਾਂਗੇ, ਅਤੇ ਹਾਸਾ ਮਖੌਲ ਵੀ ਕਰਾਂਗੇ, ਅਤੇ ਜਿਹੜੀਆਂ ਸੋਹਣੀਆਂ ਸੋਹਣੀਆਂ ਮੁੰਡਿਆਰਾਂ ਸਾਡੇ ਪੰਜਾਬ ਦਾ ਮਾਣ ਅੱਜ ਇੱਥੇ ਆਈਆਂ ਨੇ, ਅਤੇ ਅਸੀਂ ਉਹਨਾਂ ਨਾਲ ਇੰਟਰੈਕਟ ਵੀ ਕਰਾਂਗੇ। ਅਤੇ ਮੈਂ ਚਾਹੁੰਦਾ ਕਿ ਸਾਡੇ ਗੈਸਟ ਸੈਲੀਬ੍ਰਿਟੀ ਆਏ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਪੁੱਛੀਏ ਕਿ ਉਹਨਾਂ ਦਾ ਕਿੱਦਾਂ ਦਾ ਸਾਡਾ ਜਿਹੜਾ ਸਫ਼ਰ ਸਾਡੇ ਨਾਲ ਉਹ ਕਰ ਰਹੇ ਨੇ, ਕਿੱਦਾਂ ਦਾ ਰਿਹਾ ਮਿਸਿਸ ਪੰਜਾਬ ਦੇ ਨਾਲ। ਅਤੇ ਮੈਂ ਗੁਜ਼ਾਰਿਸ਼ ਕਰੂੰਗਾ ਦੋਸਤੋ, ਸਾਡੇ ਬਹੁਤ ਹੀ ਪਿਆਰੇ, ਹਰਮਨ ਪਿਆਰੇ ਗੌਰਵ ਨਾਗਪਾਲ ਜੀ, ਜੋ ਕਿ ਖੂਬਸੂਰਤ ਪਰਸਨੈਲਿਟੀ ਦੇ ਮਾਲਕ, ਬਹੁਤ ਵਧੀਆ ਮਾਡਲ, ਬਹੁਤ ਵਧੀਆ ਸਿੰਗਰ। ਮੈਂ ਚਾਹੁੰਗਾ ਗੌਰਵ ਜੀ, ਪਲੀਜ਼ ਸਾਨੂੰ ਜੁਆਇਨ ਕਰੋ। ਸਰ, ਤੁਸੀਂ ਕਾਫੀ ਸਾਲਾਂ ਤੋਂ ਸਾਡੀ ਪੂਰੀ ਟੀਮ ਦੇ ਨਾਲ ਜੁੜੇ ਹੋ, 9 to 9 ਐਂਟਰਟੇਨਮੈਂਟ ਦੀ ਬਹੁਤ ਸਾਰੀ ਜਗ੍ਹਾ 'ਚ ਤੁਸੀਂ ਆਡੀਸ਼ਨ ਵੀ ਲਏ ਨੇ, ਐਜ਼ ਅ ਜੱਜਮੈਂਟ ਵੀ। ਪੰਜਾਬ ਦੀਆਂ ਮੁਟਿਆਰਾਂ ਜਿਹੜੀਆਂ ਕਿ ਮੈਰਿਡ ਵੂਮੈਨ ਨੇ ਸਪੈਸ਼ਲ ਇੱਕ ਕਿਚਨ ਤੋਂ ਨਿਕਲ ਕੇ ਰੈਂਪ ਤੱਕ ਜਿਹੜੀਆਂ ਪਹੁੰਚੇ ਨੇ, ਉਹਨਾਂ ਦਾ ਸਭ ਤੋਂ ਪਹਿਲੇ ਤਾਂ ਜਿਹੜੀਆਂ ਉਹਨਾਂ ਦੀਆਂ ਫੈਮਿਲੀਜ਼ ਨੇ, ਉਹਨਾਂ ਨੂੰ ਸਲਿਊਟ ਹੈ ਕਿ ਉਹਨਾਂ ਨੇ ਉਹਨਾਂ 'ਤੇ ਫੇਥ ਕਰਕੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ, ਇਸ ਜਗ੍ਹਾ ਪਹੁੰਚਾਇਆ, ਹੈ ਨਾ। ਬਾਕੀ ਮੈਂ ਤੁਹਾਡੀਆਂ ਜਿਹੜੀਆਂ ਤੁਹਾਡੇ ਵਰਡ ਦਾ ਸੁਣਨਾ ਚਾਹੂੰਗਾ। ਦੇਖੋ ਜੀ, ਮੈਂ ਕਾਫੀ ਟਾਈਮ ਤੋਂ 9 to 9 ਦੀ ਟੀਮ ਦੇ ਨਾਲ, ਹੈ ਨਾ, ਮਿਸਿਸ ਪੰਜਾਬ ਦੇ ਸਫ਼ਰ ਦੇ ਵਿੱਚ। ਸੋ ਇਟਸ ਰੀਅਲ ਅ ਗੁੱਡ ਪਲੇਟਫਾਰਮ ਫੋਰ ਆਲ ਦੀ ਲੇਡੀਜ਼ ਜਿਹੜੀਆਂ ਕਿ ਘਰ ਬੈਠੀਆਂ ਨੇ। ਐਂਡ ਮੈਨੂੰ ਨਹੀਂ ਲੱਗਦਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਕੋਈ ਇਹੋ ਜਿਹੇ ਪੇਰੈਂਟਸ ਨੇ ਜਾਂ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਸੋਚ ਬਹੁਤ ਔਰਥੋਡੋਕਸ ਆ, ਨੈਰੋ ਆ, ਕਿ ਉਹ ਆਪਣੀ ਫੀਮੇਲਸ ਨੂੰ, ਲੇਡੀਜ਼ ਦੀਆਂ ਮਾਵਾਂ ਧੀਆਂ ਨੂੰ ਕੁਛ ਕਰਨ ਨਹੀਂ ਦਿੰਦੇ। ਸੋ ਅੱਜ ਕੱਲ੍ਹ ਦਾ ਜ਼ਮਾਨਾ ਬਹੁਤ ਐਡਵਾਂਸ ਆ, ਅਤੇ ਵੱਧ ਚੜ੍ਹ ਕੇ ਕੁੜੀਆਂ ਹਿੱਸਾ ਲੈ ਰਹੀਆਂ, ਲੇਡੀਜ਼ ਹਿੱਸਾ ਲੈ ਰਹੀਆਂ। ਸੋ ਵਧੀਆ ਗੱਲ ਆ, ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਪੇਰੈਂਟਸ ਜਿਹੜੇ, ਉਹਨਾਂ ਨੂੰ ਘਰ ਬੈਠੇ ਸਪੋਰਟ ਕਰਦੇ ਨੇ। ਸਪੈਸ਼ਲੀ ਮੈਂ ਥੈਂਕਸ ਕਰੂੰਗਾ ਸਾਰੇ ਹਸਬੈਂਡਸ ਆ, ਬਿਕੋਜ਼ ਜਦੋਂ ਇੱਕ ਕੁੜੀ ਦੀ ਮੈਰਿਜ ਹੁੰਦੀ ਹੈ, ਮੈਰਿਜ ਤੋਂ ਬਾਅਦ ਉਹਦੇ ਹਸਬੈਂਡ ਦਾ ਉਹਦੀ ਲਾਈਫ ਦੇ ਵਿੱਚ ਬਹੁਤ ਸਪੋਰਟਿੰਗ ਰੋਲ ਹੁੰਦਾ, ਬਿਕੋਜ਼ ਘਰ ਦੇ ਮੰਨਣ ਨਾ ਮੰਨਣ ਉਹ ਬਾਅਦ ਦੀ ਗੱਲ ਆ, ਹੈ ਨਾ, ਜੇ ਤੁਹਾਡਾ ਹਸਬੈਂਡ ਸਪੋਰਟ ਕਰਦਾ ਤੁਹਾਨੂੰ। ਇਟਸ ਰੀਅਲੀ ਅ ਗੁੱਡ ਥਿੰਗ, ਐਂਡ ਆਈ ਰੀਅਲੀ ਐਪਰੀਸ਼ੀਏਟ ਆਲ ਦੀ ਫੈਮਿਲੀਜ਼ ਜਿਹੜੀਆਂ ਕਿ ਇੱਥੇ ਆਉਂਦੀਆਂ, ਐਂਡ ਇਟਸ ਰੀਅਲੀ ਅ ਗੁੱਡ ਪਲੇਟਫਾਰਮ ਫੋਰ ਆਲ ਦੀ ਲੇਡੀਜ਼ ਟੂ ਸ਼ੋ ਕੇਸ ਦੇ ਟੈਲੈਂਟ, ਅਤੇ ਬਹੁਤ ਵਧੀਆ ਲੱਗਦਾ ਮੈਨੂੰ ਦੇਖ ਕੇ। ਜਿਵੇਂ ਕਿ ਤੁਸੀਂ ਵਿਨੇ ਜੀ ਨੇ ਆਖਿਆ ਹੈ ਕਿ ਕਾਫੀ ਟਾਈਮ ਤੋਂ ਅਸੀਂ ਦੇਖਦੇ ਵੀ ਆ ਰਹੇ ਹਾਂ, ਗੌਰਵ ਜੀ ਇਸ ਸ਼ੋਅ ਦਾ ਹਿੱਸਾ ਬਣਦੇ ਰਹੇ ਨੇ, ਐਜ਼ ਆ ਜੱਜਮੈਂਟ ਦੇ ਤੌਰ 'ਤੇ ਪੈਨਲ ਦਾ ਵੀ ਹਿੱਸਾ ਬਣਦੇ ਰਹੇ ਨੇ। ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗੀ, ਸ਼ਹਿਰ ਚੰਡੀਗੜ੍ਹ ਜਿਹੜਾ ਆਪਣੇ ਆਪ ਵਿੱਚ ਇੱਕ ਮਾਡਰਨ ਸ਼ਹਿਰ ਮੰਨਿਆ ਜਾਂਦਾ, ਇੱਥੇ ਮਿਸਿਸ ਪੰਜਾਬ ਦੀਆਂ ਤੁਹਾਡੀਆਂ ਕੀ ਐਕਸਪੈਕਟੇਸ਼ਨਸ ਨੇ? ਜ਼ਰੂਰ, ਮੈਂ ਈਵਨ ਵੀ ਚੰਡੀਗੜ੍ਹ ਮੇਰਾ ਆਪਣਾ ਖੁਦ ਦਾ ਸ਼ਹਿਰ ਹੈ, ਮੈਂ ਇੱਥੇ ਹੀ ਸਟੱਡੀ ਕੀਤੀ, ਇੱਥੇ ਮੇਰੀ ਗ੍ਰੈਜੂਏਸ਼ਨ, ਇੱਥੇ ਮੇਰੀ ਪੋਸਟ ਗ੍ਰੈਜੂਏਸ਼ਨ, ਅਤੇ ਇੱਥੋਂ ਹੀ ਮੈਂ ਥੀਏਟਰ ਲਾਈਨ ਦੇ ਵਿੱਚ ਸਟਾਰਟ ਕੀਤਾ ਸੀਗਾ। ਮਾਡਰਨ, ਦੇਖੋ ਹਰ ਸ਼ਹਿਰ ਦੀਆਂ ਲੇਡੀਜ਼ ਅੱਜ ਕੱਲ੍ਹ ਮਾਡਰਨ ਹੋ ਚੁੱਕੀਆਂ, ਹਰ ਕਿਤੇ ਐਡਵਾਂਸਮੈਂਟ ਹਰ ਕਿਤੇ ਹੈ। ਇੱਥੋਂ ਦੀ ਐਕਸਪੈਕਟੇਸ਼ਨ ਥੋੜ੍ਹੀ ਜਿਹੀ ਜ਼ਰੂਰ ਹਾਈ ਹੁੰਦੀ ਹੈ, ਬਿਕੋਜ਼ ਚੰਡੀਗੜ੍ਹ ਦੀਆਂ ਲੇਡੀਜ਼ ਨੂੰ ਨਾ ਬਹੁਤ ਜ਼ਿਆਦਾ ਨੂੰ ਮੇ ਬੀ ਥੋੜ੍ਹੀਆਂ ਜਿਹੀਆਂ ਬਾਕੀ, ਜੇ ਆਪਾਂ ਐਸ ਕੰਪੈਰੇਟਿਵਲੀ ਬਾਕੀ ਸਿਟੀ ਦੇ ਨਾਲ ਦੇਖੀਏ, ਥੋੜ੍ਹੀਆਂ ਜਿਹੀਆਂ ਪੰਜਾਬੀਅਤ ਨੂੰ ਲੈ ਕੇ, ਥੋੜ੍ਹੇ ਜਿਹੇ ਕਲਚਰ ਨੂੰ ਲੈ ਕੇ ਥੋੜ੍ਹਾ ਜਿਹਾ ਘੱਟ ਆਪਣੇ ਅਟੈਚ ਹੁੰਦੀਆਂ। ਸੋ ਇੱਥੇ ਆਡੀਸ਼ਨ ਲੈਣ ਦਾ ਸਾਡਾ ਮਤਲਬ ਇਹੀ ਸਿਰਫ ਮੋਟਿਵ ਨਹੀਂ ਹੁੰਦਾ ਕਿ ਸਿਰਫ ਕੁੜੀਆਂ ਸਿਲੈਕਟ ਕਰਕੇ ਅੱਗੇ ਲੈ ਕੇ ਜਾਣੀਆਂ, ਜੇ ਜਿਊਰੀ ਥੋੜ੍ਹੇ ਤੋਂ ਕੋਈ ਕੁਐਸਚਨ ਪੁੱਟ ਕਰਦੀ ਆ, ਦੈਟ ਮੀਨਸ ਉਹ ਥੋੜ੍ਹੀ ਨੌਲੇਜ ਗੇਨ ਕਰਨਾ ਚਾਹੁੰਦੀ ਹੈ ਨਾ। ਜਦੋਂ ਤੁਸੀਂ ਸਟੇਜ 'ਤੇ ਆਉਂਦੇ ਹੋ, ਮੈਂ ਹਮੇਸ਼ਾ ਕਹਿੰਦਾ ਹੁੰਦਾ ਪਾਰਟੀਸਪੇਸ਼ਨ ਇਜ਼ ਮੱਚ ਮੋਰ ਇੰਪੋਰਟੈਂਟ ਦੈਨ ਵਿਨਿੰਗ, ਹੈ ਨਾ। ਜਦੋਂ ਆਪਾਂ ਤੁਸੀਂ ਸਟੇਜ 'ਤੇ ਆਉਣਾ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਾਲ ਲੈ ਕੇ ਜਾਣੀਆਂ,
ਜਿੱਤਣਾ ਹਾਰਨਾ ਚੱਲਦਾ ਰਹਿੰਦਾ, ਇਟਸ ਨੋਟ ਦੀ ਲਾਸਟ ਪਲੇਟਫਾਰਮ, ਇਸ ਤੋਂ ਬਾਅਦ ਹੋਰ ਕਈ ਚੀਜ਼ਾਂ ਆਉਣੀਆਂ ਨੇ ਤੁਹਾਡੀ ਲਾਈਫ ਦੇ ਵਿੱਚ, ਬਟ ਜਦੋਂ ਤੁਸੀਂ ਇੱਕ ਸਟੇਜ 'ਤੇ ਆਉਂਦੇ ਹੋ ਹੈ ਨਾ, ਇੱਕ ਮੋਟੀਵੇਸ਼ਨ ਲੈ ਕੇ ਜਾਂਦੇ ਹੋ, ਕੋਨਫੀਡੈਂਸ ਗੇਨ ਕਰਕੇ ਲੈ ਕੇ ਜਾਂਦੇ ਹੋ, ਐਂਡ ਐਟ ਦੀ ਐਂਡ ਜੇ ਦੇਖਿਆ ਜਾਏ ਤਾਂ ਚੰਡੀਗੜ੍ਹ ਦੇ ਵਿੱਚ ਮੋਸਟਲੀ ਇਹੀ ਸਾਨੂੰ ਦੇਖ ਕੇ ਹੁੰਦਾ ਵੀ ਅਸੀਂ ਜਾਣੀਏ ਚੰਡੀਗੜ੍ਹ ਦੀਆਂ ਕੁੜੀਆਂ ਤੋਂ ਕਿੰਨੀ ਕੁ ਨੌਲੇਜ ਰੱਖਦੀਆਂ ਪੰਜਾਬ ਬਾਰੇ ਅਤੇ ਪੰਜਾਬੀਅਤ ਬਾਰੇ। ਦੱਸਿਆ ਬਾਖੂਬ ਕਿ ਮੁਕਾਬਲਾ ਸਿਰਫ ਨੌਲੇਜ ਟੈਸਟ ਕਰਨ ਦਾ ਨਹੀਂ ਹੈ, ਬਲਕਿ ਕੁਛ ਸਿਖਾਉਣ ਦਾ ਵੀ ਹੈ। ਜਿਹੜੀਆਂ ਗਰਲਜ਼ ਆਪਣੇ ਵਿਰਸੇ ਤੋਂ, ਟ੍ਰੈਡੀਸ਼ਨ ਤੋਂ ਥੋੜ੍ਹੀਆਂ ਦੂਰ ਹੈਗੀਆਂ ਨੇ, ਆਪਣੇ ਬਿਜ਼ੀ ਸਕੈਜੂਲ ਕਰਕੇ ਉਹਨਾਂ ਨੂੰ ਵੀ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਆਪਣੀਆਂ ਵਿਸ਼ਿਜ਼ ਦੇਣਾ ਚਾਹੋਗੇ? ਜਿੰਨੇ ਵੀ ਪਾਰਟੀਸਪੇਟ ਕਰ ਰਹੇ ਨੇ, ਆਲ ਦੀ ਕੰਟੈਸਟੈਂਟ, ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਲੱਕ, ਬੈਸਟ ਵਿਸ਼ਿਜ਼, ਐਂਡ ਮੇ ਦਾ ਬੈਸਟ ਵਿਨ, ਅਤੇ ਜਿਹੜੇ ਡਿਜ਼ਰਵ ਕਰਦੇ ਹੋਣਗੇ ਜਿੱਤਣਗੇ। ਅਤੇ ਸਪੈਸ਼ਲੀ ਸਾਡੀ ਜੇ ਅਸੀਂ ਦੇਖੋ ਜਿਊਰੀ ਕਰਦੇ ਹਾਂ, ਬੇਸਿਕਲੀ ਜਿਊਰੀ ਇਜ਼ ਨੋਟ ਅ ਈਜ਼ੀ ਥਿੰਗ ਟੂ ਡੂ, ਹੈ ਨਾ, ਪਰ ਅਸੀਂ ਵਿਦਆਊਟ ਐਨੀ ਪਾਰਸ਼ੈਲਿਟੀ ਸਾਰਾ ਕੁਛ ਟਰਾਂਸਪਰੈਸੀ ਨਾਲ ਰੱਖ ਕੇ, ਜੋ ਵੀ ਸਾਡੀਆਂ ਮਾਰਕਿੰਗ ਹੁੰਦੀਆਂ, ਸ਼ੀਟਸ ਹੁੰਦੀਆਂ, ਪੂਰਾ ਇੱਕ ਬਲੈਂਡ ਜਿਹੜਾ ਹੁੰਦਾ ਜਿਊਰੀ ਦਾ, ਹੈ ਨਾ, ਜਜਮੈਂਟ ਦਾ ਜਿਹੜਾ ਡਿਸੀਜ਼ਨ ਹੁੰਦਾ, ਸਾਰਿਆਂ ਨਾਲ ਅਸੀਂ ਇਕੱਠੇ ਰਲ ਮਿਲ ਕੇ ਜੋ ਵੀ ਸਾਡੇ ਤੋਂ ਕੋਸ਼ਿਸ਼ ਹੋਊਗੀ ਅਸੀਂ ਬੈਸਟ ਉਹਨਾਂ ਬੈਸਟ ਕਰਾਂਗੇ। ਅਤੇ ਉਮੀਦ ਕਰਦੇ ਹਾਂ ਕਿ ਇੱਕ ਵਧੀਆ ਕੁੜੀ ਨੂੰ ਅੱਗੇ ਲੈ ਕੇ ਜਾਈਏ, ਅਤੇ ਜਿਹੜੇ ਬਾਕੀ ਕੰਟੈਸਟੈਂਟਸ ਨੇ ਉਹਨਾਂ ਨੂੰ ਅਗਲੀ ਵਾਰੀ ਆਉਣ ਦੇ ਲਈ ਮੋਟੀਵੇਟ ਕਰਕੇ ਜਾਈਏ। ਥੈਂਕ ਯੂ ਜੀ। ਨਾਲ ਹੁਣ ਖੜੇ ਨੇ ਪੰਜਾਬੀ ਇੰਡਸਟਰੀ ਦੇ ਉੱਭਰਦੇ ਅਤੇ ਚਮਕਦੇ ਸਿਤਾਰੇ, ਜਿਨ੍ਹਾਂ ਨੂੰ ਤੁਸੀਂ ਕਾਫੀ ਫਿਲਮਾਂ ਦੇ ਵਿੱਚ ਵਰਸਟਾਈਲ ਰੋਲ ਨਿਭਾਉਂਦੇ ਦੇਖਿਆ ਹੋਵੇਗਾ, ਔਰ ਅੱਜ ਉਹ ਸਾਡਾ ਸਾਥ ਦੇਣ ਜਾ ਰਹੇ ਨੇ ਮਿਸਿਸ ਪੰਜਾਬ 2009 ਦੇ ਇਸ ਕੰਪੀਟੀਸ਼ਨ ਦੇ ਵਿੱਚ। ਮੈਂ ਤੁਹਾਡੀ ਮੁਲਾਕਾਤ ਕਰਾਉਣਾ ਚਾਹੁੰਦੀ ਹਾਂ ਜੀ ਸੋਨਪ੍ਰੀਤ ਜਵਾਂਦਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕਿਵੇਂ ਹੋ ਜੀ? ਬਹੁਤ ਵਧੀਆ। ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਲੇਟੈਸਟ ਮੂਵੀ ਰਿਲੀਜ਼ ਹੋਈ ਹੈ ਸਾਖ, ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਾਖੂਬ ਰੋਲ ਪਲੇ ਕੀਤਾ ਜੀ ਤੁਸੀਂ ਉਸ ਵਿੱਚ। ਥੈਂਕ ਯੂ ਵੈਰੀ ਮੱਚ। ਉਹ ਸਿਨੇਮਾ ਘਰਾਂ 'ਚ ਲੱਗੀ ਹੋਈ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਓਕੇ, ਜਿਵੇਂ ਅੱਜ ਇਹ ਸਾਡੇ ਮਿਸਿਸ ਪੰਜਾਬ 2009 ਕੰਪੀਟੀਸ਼ਨ ਦਾ ਹਿੱਸਾ ਬਣੇ ਨੇ, ਔਰ ਕੀ ਉਮੀਦਾਂ ਲੈ ਕੇ ਆਏ ਨੇ, ਔਰ ਕੀ ਕਿਹੜੀ ਕੁਆਲਿਟੀ ਹੋਏਗੀ ਮੁਟਿਆਰਾਂ ਦੇ ਵਿੱਚ ਜਿਹੜੀ ਇਹਨਾਂ ਨੂੰ ਅਟਰੈਕਟ ਕਰੇਗੀ, ਔਰ ਜੋ ਇਹ ਸੋਚਣਗੇ ਕਿ ਇਸ ਮੁਟਿਆਰ ਦੇ ਸਿਰ 'ਤੇ ਸੱਜ ਸਕਦਾ ਹੈ ਜੀ ਮਿਸਿਸ ਪੰਜਾਬ 2009 ਦਾ ਟਾਈਟਲ? ਹਾਂਜੀ, ਮਿਸਿਸ ਪੰਜਾਬ 2019 ਇਹ ਪਰਮਿੰਦਰ ਜੀ ਹੁਣੀ ਲੁਧਿਆਣੇ ਤੋਂ ਨੇ, ਮੇਰੇ ਪੁਰਾਣੇ ਦੋਸਤ ਨੇ, ਅਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਇੱਥੇ। ਸੋ ਅੱਜ ਆਡੀਸ਼ਨ ਸਟਾਰਟ ਹੋਣ ਲੱਗੇ ਨੇ, ਦੇਖਦੇ ਹਾਂ ਕਿ ਕੀ ਕੁਆਲਿਟੀ ਹੈ ਜੋ ਮੁਟਿਆਰਾਂ ਆਈਆਂ ਨੇ, ਸੋਹਣੀਆਂ ਮੁਟਿਆਰਾਂ ਨੇ, ਪੰਜਾਬੀ ਮੁਟਿਆਰਾਂ, ਤੁਹਾਨੂੰ ਪਤਾ ਵੈਸੇ ਬਹੁਤ ਸੋਹਣੀਆਂ ਹੁੰਦੀਆਂ ਨੇ ਜੀ, ਬਿਲਕੁਲ। ਅਤੇ ਬਟ ਆਡੀਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਆਪਾਂ ਕਿਹਨਾਂ ਨੂੰ ਜਿਹੜੀਆਂ ਅੱਗੇ ਅਗਲੇ ਰਾਊਂਡ 'ਚ ਜਾਣਗੀਆਂ, ਹੈ ਨਾ। ਅਤੇ ਨੰਬਰ ਸੈਕੰਡਲੀ ਹੁਣ ਮੈਂ ਜੇ ਕੁਛ ਕਹੂੰਗਾ ਤਾਂ ਫਿਰ ਉਹ ਥੋੜ੍ਹਾ ਜਲਦੀ ਹੋ ਜੂਗਾ, ਅਤੇ ਆਪਾਂ ਆਡੀਸ਼ਨ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਸ ਸਵਾਲ ਦਾ ਜਵਾਬ ਮੈਂ ਬਾਅਦ 'ਚ ਵਧੀਆ ਤਰੀਕੇ ਨਾਲ ਦੇ ਸਕਦਾ। ਠੀਕ ਹੈ ਜੀ, ਬਿਲਕੁਲ ਜੀ, ਕਿਉਂਕਿ ਹਰ ਮੁਟਿਆਰ ਦੇ ਵਿੱਚ ਇੱਕ ਅਲੱਗ ਟੈਲੈਂਟ ਹੁੰਦਾ ਹੈ, ਔਰ ਕਿਸੇ ਨਾ ਕਿਸੇ ਟੈਲੈਂਟ ਨਾਲ ਰੱਬ ਨੇ ਉਹਨਾਂ ਨੂੰ ਨਵਾਜਿਆ ਹੁੰਦਾ, ਦੇਖਦੇ ਹਾਂ ਕਿਸ ਦਾ ਕਿਹੜਾ ਟੈਲੈਂਟ ਉਸਨੂੰ ਅੱਗੇ ਲੈ ਕੇ ਜਾਂਦਾ ਹੈ। ਸੋ ਆਪਣੇ ਬੈਸਟ ਵਿਸ਼ਿਜ਼ ਇੱਕ ਵਾਰੀ ਸਾਡੀਆਂ ਸਾਰੀਆਂ ਪਾਰਟੀਸਪੈਂਟਸ ਦੇ ਲਈ ਪਲੀਜ਼। ਬਿਲਕੁਲ, ਜਿੰਨੀਆਂ ਵੀ ਮੁਟਿਆਰਾਂ, ਪੰਜਾਬੀ ਮੁਟਿਆਰਾਂ ਇਸ ਮਿਸਿਸ ਪੰਜਾਬ 2019 ਵਿੱਚ ਪਾਰਟੀਸਪੇਟ ਕਰ ਰਹੀਆਂ ਨੇ, ਉਹਨਾਂ ਸਾਰੀਆਂ ਨੂੰ ਮੇਰੇ ਵੱਲੋਂ ਬੈਸਟ ਵਿਸ਼ਿਜ਼ ਨੇ ਕਿ ਉਹ ਆਪਣਾ ਬੈਸਟ ਦੇਣ, ਤਾਂ ਜੋ ਸਾਨੂੰ ਕੰਪੀਟੀਸ਼ਨ ਵਿੱਚ ਉਹਨਾਂ ਨੂੰ ਉਹਨਾਂ ਵਿੱਚੋਂ ਚੂਜ਼ ਕਰਨੀਆਂ, ਸਾਰੀਆਂ ਮੁਟਿਆਰਾਂ ਵਿੱਚੋਂ ਚੂਜ਼ ਕਰਨੀਆਂ, ਬੈਸਟ ਚੂਜ਼ ਕਰਨੀਆਂ ਔਖੀਆਂ ਹੋ ਜਾਣ। ਬੈਸਟ ਆਫ ਲੱਕ ਮੇਰੇ ਵੱਲੋਂ ਸਾਰਿਆਂ ਨੂੰ। ਥੈਂਕ ਯੂ ਜੀ। ਇਹ ਸੀ ਸੋਨਪ੍ਰੀਤ ਜਵਾਂਦਾ ਜੀ, ਸਾਡੇ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ। ਥੈਂਕ ਯੂ ਜੀ। ਜੀ, ਅਗਰ ਗੱਲ ਕਰੀਏ ਚੰਡੀਗੜ੍ਹ ਸ਼ਹਿਰ ਦੀ, ਤਾਂ ਇੱਥੋਂ ਦੀਆਂ ਕੁੜੀਆਂ ਮੁਟਿਆਰਾਂ ਦੇ ਵਿੱਚ ਵੀ ਇੱਕ ਅਲੱਗ ਜਿਹਾ ਸਟਾਈਲ ਹੁੰਦਾ, ਇੱਕ ਆਪਣੇ ਸਵੈਗ ਹੁੰਦਾ, ਔਰ ਇੱਕ ਅਲੱਗ ਐਟੀਟਿਊਡ ਵੇਖਣ ਨੂੰ ਜ਼ਰੂਰ ਮਿਲੇਗਾ। ਕੀ ਤਿਆਰੀ ਕਰਕੇ ਆਈਆਂ ਨੇ ਔਰ ਕਿੰਨੀਆਂ ਕੁ ਐਕਸਾਈਟਡ ਨੇ? ਆਓ ਚੱਲਦੇ ਹਾਂ ਜੀ, ਕਰਦੇ ਹਾਂ ਗੱਲਬਾਤ ਸਾਡੀਆਂ ਅੱਜ ਦੀਆਂ ਪਾਰਟੀਸਪੈਂਟਸ ਦੇ ਨਾਲ। ਆ ਜਾਓ ਜੀ। ਹਾਂਜੀ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਮੁਟਿਆਰਾਂ ਸੱਜ ਧੱਜ ਕੇ ਆਈਆਂ ਨੇ। ਮੈਨੂੰ ਲੱਗਦਾ ਹੈ ਕਿ ਅੱਜ ਮਿਸਿਸ ਜੋ ਚੰਡੀਗੜ੍ਹ ਚੁਣੀ ਜਾਵੇਗੀ, ਸੈਮੀਫਾਈਨਲ ਦੇ ਵਿੱਚ ਬਾਕੀ ਸਿਟੀਜ਼ ਤੋਂ ਸਿਲੈਕਟ ਹੋਈਆਂ ਮੁਟਿਆਰਾਂ ਨੂੰ ਇੱਕ ਤਗੜਾ ਚੈਲੰਜ ਦੇਣਗੀਆਂ ਹੈ, ਔਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਚਿਹਰਿਆਂ ਤੋਂ, ਮੈਨੂੰ ਤਾਂ ਲੱਗ ਰਿਹਾ ਜਿਵੇਂ ਸਾਰੀਆਂ ਹੀ ਮਿਸਿਸ ਚੰਡੀਗੜ੍ਹ ਬਣਨ ਜਾਣਗੀਆਂ। ਬਾਤ ਕਰਦੇ ਹਾਂ ਸਾਡੀਆਂ ਮਿਸਿਸ ਚੰਡੀਗੜ੍ਹ ਬਣਨ ਆਈਆਂ ਪਾਰਟੀਸਪੈਂਟਸ ਦੇ ਲਈ। ਇੱਕ ਬਹੁਤ ਖੂਬਸੂਰਤ ਜੀ ਮੁਟਿਆਰ ਮੇਰੇ ਨਾਲ ਖੜੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਸੁਖਪ੍ਰੀਤ ਕੌਰ ਆ। ਔਰ ਤੁਸੀਂ ਕਿਸ ਸਿਟੀ ਤੋਂ ਬਿਲੋਂਗ ਕਰਦੇ ਹੋ? ਮੈਂ ਜ਼ੀਰਕਪੁਰ ਤੋਂ। ਜ਼ੀਰਕਪੁਰ ਤੋਂ ਆਏ ਨੇ, ਔਰ ਪਹਿਲੀ ਗੱਲ ਤਾਂ ਬਹੁਤ ਸੋਹਣੇ ਲੱਗ ਰਹੇ ਹੋ, ਔਰ ਕਿੰਨੇ ਕੁ ਐਕਸਾਈਟਡ ਹੋਏ ਇਸ ਵਿਸ਼ੇ ਚੰਡੀਗੜ੍ਹ ਮੈਮ? ਬਹੁਤ ਜ਼ਿਆਦਾ। ਡਰ ਲੱਗ ਰਿਹਾ? ਨਹੀਂ, ਥੋੜ੍ਹਾ ਬਹੁਤਾ, ਬਟ ਕੋਈ ਗੱਲ ਨਹੀਂ। ਬਿਲਕੁਲ ਸਹੀ ਜੀ, ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ, ਬਿਲਕੁਲ ਕੌਨਫੀਡੈਂਸ ਦੇ ਨਾਲ ਸਾਰਿਆਂ ਨੇ ਪਰਫੋਰਮ ਕਰਨਾ, ਇਹ ਰੂਲ ਸਾਰਿਆਂ ਦੇ ਲਈ ਹੈ, ਮੇਰੇ ਲਈ ਵੀ ਹੈ।
ਕਿ ਕੌਨਫੀਡੈਂਸ ਨਾਲ ਅੱਜ ਸਾਰਿਆਂ ਨੇ ਪਰਫਾਰਮੈਂਸ ਦੇਣੀ ਆ ਔਰ ਤੁਹਾਨੂੰ ਬੈਸਟ ਵਿਸ਼ਿਜ਼ ਨੇ। ਓਕੇ, ਹੁਣ ਗੱਲ ਕਰਦੇ ਹਾਂ ਸਾਡੀ ਅਗਲੀ ਮੁਟਿਆਰ ਦੇ ਨਾਲ ਜੋ ਬਿਲਕੁਲ ਪੰਜਾਬੀ ਅਟਾਇਰ ਦੇ ਵਿੱਚ ਖੜ੍ਹੇ ਨੇ ਔਰ ਚਾਰ ਚੰਨ ਲਾ ਦਿੱਤੇ ਨੇ ਇਹਨਾਂ ਨੇ ਸਾਡੇ ਅੱਜ ਦੇ ਮੁਕਾਬਲੇ ਦੇ ਵਿੱਚ। ਔਰ ਤੁਹਾਡਾ ਨਾਮ ਕੀ ਹੈ ਜੀ? ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਨਵਦੀਪ ਕੌਰ ਹੈ ਅਤੇ ਮੈਂ ਸਮਾਣਾ ਸ਼ਹਿਰ ਦੀ ਰਹਿਣ ਵਾਲੀ ਹਾਂ। ਹਾਂਜੀ ਨਵਦੀਪ ਕੌਰ ਜੀ, ਵੈਲਕਮ ਟੂ ਦਿਸ ਸ਼ੋਅ। ਔਰ ਜਿਵੇਂ ਤੁਸੀਂ ਪੂਰਾ ਪੰਜਾਬੀ ਲੁੱਕ ਵਿੱਚ ਬਣ ਥਣ ਕੇ ਆਇਓ, ਮੈਂ ਚਾਹੁੰਦੀ ਹਾਂ ਕਿ ਇੱਕ ਪੰਜਾਬੀ ਬੋਲੀ ਹੋ ਜਾਏ ਤਾਂ ਕਿ ਸਾਰਿਆਂ ਦੇ ਵਿੱਚ ਉਤਸ਼ਾਹ ਜਿਹੜਾ ਇੱਕ ਵਾਰ ਤੋਂ ਫਿਰ ਭਰ ਜਾਵੇ। ਉਹ ਕਿਹੜੀਆਂ ਗੱਲਾਂ ਤੋਂ ਜਿਜਾ ਕਰਦਾ ਮਸ਼ਕਰੀ, ਕਿਹੜੀਆਂ ਗੱਲਾਂ ਤੋਂ ਜਿਜਾ ਕਰਦਾ ਮਸ਼ਕਰੀ, ਕਾਹਨੂੰ ਮਾਰਦਾ ਗੇੜੇ ਵੇ ਮੈਂ ਤੇਰੀ ਕੀ ਲੱਗਦੀ, ਭੈਣ ਮੇਰੀ ਕਰ ਤੇਰੇ ਵੇ ਮੈਂ ਤੇਰੀ ਕੀ ਲੱਗਦੀ, ਭੈਣ ਮੇਰੀ ਕਰ ਤੇਰੇ ਵੇ ਮੈਂ ਤੇਰੀ ਕੀ ਲੱਗਦੀ, ਭੈਣ ਮੇਰੀ ਕਰ ਤੇਰੇ ਵੇ ਮੈਂ ਤੇਰੀ ਕੀ ਲੱਗਦੀ। ਥੈਂਕ ਯੂ ਜੀ, ਬਹੁਤ ਖੂਬ ਇਹਨਾਂ ਨੇ ਤਾਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੌਣਕਾਂ ਲਾ ਦਿੱਤੀਆਂ ਨੇ। ਥੈਂਕ ਯੂ ਸੋ ਮੱਚ ਜੀ। ਹੁਣ ਸਾਡੇ ਨਾਲ ਮੌਜੂਦ ਨੇ ਅਗਲੀ ਇੱਕ ਹੋਰ ਖੂਬਸੂਰਤ ਜੀ ਮੁਟਿਆਰ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਨਿੰਦਰ ਕੌਰ ਹੈ, ਮੈਂ ਚੰਡੀਗੜ੍ਹ ਤੋਂ ਆਈ ਹਾਂ। ਔਰ ਬੱਲੇ ਮਨਿੰਦਰ ਜੀ, ਚੰਡੀਗੜ੍ਹ ਦੇ ਸ਼ਹਿਰ ਦੇ, ਤੁਸੀਂ ਚੰਡੀਗੜ੍ਹ ਸ਼ਹਿਰ ਦੀ ਕੀ ਖਾਸੀਅਤ ਹੈ ਦੱਸੋ ਜਰਾ? ਚੰਡੀਗੜ੍ਹ ਦੀ ਲੇਕ ਹੈਗੀ ਹੈ, ਪੰਜਾਬੀ ਮੁਟਿਆਰਾਂ ਸੋਹਣੀਆਂ ਹੈਗੀਆਂ ਅਤੇ ਰੌਕ ਗਾਰਡਨ ਹੈਗਾ ਇੱਥੇ ਦਾ, ਜਿਹੜਾ ਟੂਰਿਸਟ ਸਪੋਟਸ ਹੈਗੇ ਸਾਡੇ। ਬਿਲਕੁਲ ਜੀ, ਮੁਟਿਆਰਾਂ ਦੀ ਗੱਲ ਕੀਤੀ ਹੈ, ਮੁਟਿਆਰਾਂ ਤਾਂ ਸਾਰਿਆਂ ਦੇ ਸਾਹਮਣੇ ਬਿਲਕੁਲ ਹਾਜ਼ਰ ਨੇ, ਕਨਫਿਊਜ਼ ਕਰ ਰਹੀਆਂ ਨੇ। ਮੈਨੂੰ ਲੱਗਦਾ ਜੱਜਸ ਵੀ ਕਾਫੀ ਕਨਫਿਊਜ਼ ਹੋਣਗੇ ਕਿ ਕਿਹਨੂੰ ਸਿਲੈਕਟ ਕੀਤਾ ਜਾਵੇ ਔਰ ਕਿਸ ਦੇ ਸਿਰ 'ਤੇ ਪਹਿਨਾਇਆ ਜਾਵੇ ਅੱਜ ਮਿਸਿਸ ਚੰਡੀਗੜ੍ਹ ਦਾ ਤਾਜ। ਔਰ ਤੁਹਾਡੇ ਨਾਲ ਕੌਣ ਆਏ ਨੇ? ਮੇਰੇ ਹਸਬੈਂਡ ਆਏ ਨੇ, ਮੇਰਾ ਬੇਟਾ ਆਇਆ ਮੈਨੂੰ ਸਪੋਰਟ ਕਰਨ ਲਈ। ਓ ਵੈਰੀ ਗੁੱਡ। ਮੇਰੇ ਹਸਬੈਂਡ ਸਵੇਰੇ ਜੈਪੁਰ 'ਤੇ ਆਏ ਨੇ 8 ਵਜੇ ਅਤੇ ਨਾਲ ਹੀ ਮੈਨੂੰ ਬਸ ਉਹ ਪਿੱਕ ਕੀਤਾ ਤਾਂ ਵੀਅਰ ਹੈ। ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਹਸਬੈਂਡ ਜੀ ਨੂੰ ਵੀ ਜ਼ਰੂਰ ਇੰਟਰੋਡਿਊਸ ਕਰਵਾਓ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ। ਜੀ ਹੁਣ ਮੈਂ ਬੁਲਾਉਣ ਜਾ ਰਹੀ ਹਾਂ ਸਾਡੀ ਇੱਕ ਬਹੁਤ ਹੀ ਖੂਬਸੂਰਤ ਪਾਰਟੀਸਪੈਂਟ ਜਿਨ੍ਹਾਂ ਦੇ ਹਸਬੈਂਡ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ। ਜੀ ਮੈਂ ਬੁਲਾਉਣਾ ਚਾਹਾਂਗੀ ਤੁਹਾਡੇ ਹਸਬੈਂਡ, ਪਲੀਜ਼ ਉਹਨਾਂ ਨੂੰ ਆਵਾਜ਼ ਦਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਲੀਜ਼ ਥੋੜ੍ਹਾ ਜਿਹਾ ਅੱਗੇ ਆ ਜਾਓ। ਜਿਵੇਂ ਤੁਹਾਡੇ ਵਾਈਫ ਇਸ ਵਿਲੱਖਣ ਮੁਕਾਬਲੇ ਮਿਸਿਸ ਪੰਜਾਬ ਵਿੱਚ ਪਾਰਟੀਸਪੇਟ ਕਰ ਰਹੇ ਨੇ, ਔਰ ਤੁਹਾਨੂੰ ਕੀ ਉਮੀਦਾਂ ਨੇ ਇਸ ਮੁਕਾਬਲੇ? ਮੈਮ ਫਸਟ ਆਫ ਆਲ ਮੈਂ ਇਹ ਚੀਜ਼ ਬੇਸਿਕਲੀ ਆਈ ਵਾਂਟ ਟੂ ਥੈਂਕ ਬੇਸਿਕਲੀ ਜਿਹੜਾ ਕੀ ਬੋਲਦੇ ਇਨੀਸ਼ੀਏਟਿਵ ਲਿਆ ਅਤੇ ਬੇਸਿਕਲੀ ਫੋਰ ਆਲ ਦ ਮੈਰਿਡ ਵਿਮੈਨ, ਉਹਨਾਂ ਦੇ ਵਾਸਤੇ ਬੇਸਿਕਲੀ ਆਪਣੇ ਆਪ ਨੂੰ ਬੇਸਿਕਲੀ ਐਕਸਪ੍ਰੈਸ ਕਰਨ ਦਾ ਅਤੇ ਕੀ ਬੋਲਦੇ ਜਿਹੜੀ ਕੀ ਬੋਲਦੇ ਕਰੇਜ ਲੈ ਕੇ ਉਹ ਕੀ ਬੋਲਦੇ ਇੱਧਰ ਆਏ ਹੈ ਅਤੇ ਆਪਣਾ ਪੰਜਾਬ ਨੂੰ ਬੇਸਿਕਲੀ ਕਿੱਦਾਂ ਕੀ ਬੋਲਦੇ ਉਹ ਐਕਸਪ੍ਰੈਸ ਕਰ ਸਕਦੇ ਹੈ ਸਾਰਿਆਂ ਦੇ ਸਾਹਮਣੇ, ਵਟ ਇਜ਼ ਦ ਯੂਨੀਕ ਥਿੰਗ ਯੂ ਨੋ ਦੇ ਹੈਵ, ਇਹ ਸਾਰੀਆਂ ਚੀਜ਼ਾਂ ਜਦ ਉਹ ਕਰਨਗੇ ਇਹ ਬਹੁਤ ਹੀ ਅੱਛਾ ਪਲੈਟਫਾਰਮ ਹੈ, ਇਹ ਇਨੀਸ਼ੀਏਟਿਵ ਜਿਹੜਾ ਹੈ, ਆਈ ਥਿੰਕ ਆਈ ਐਮ ਐਕਸਾਈਟਿਡ ਅਬਾਊਟ ਇਟ ਐਂਡ ਆਈ ਐਮ ਸਪੋਰਟਿੰਗ ਮਾਈ ਵਾਈਫ ਐਂਡ ਆਈ ਐਮ ਸ਼ੋਰ ਕਿ ਜਿਹੜੇ ਕੀ ਬੋਲਦੇ ਸਾਰੇ ਕੰਟੈਸਟੈਂਟ ਜਿਹੜੇ ਆਏ ਹੋਏ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਅਤੇ ਨਾਲ ਹੁਮ ਸੋ ਐਵਰ ਵੁੱਡ ਬੀ ਦਾ ਬੈਸਟ ਦੇ ਵਿਲ ਬੀ ਚੋਜ਼ਨ ਐਜ਼ ਦ ਵਿਨਰ, ਸੋ ਆਲ ਦਾ ਬੈਸਟ ਟੂ ਐਵਰੀਵਨ। ਜੀ ਬਿਲਕੁਲ, ਬਹੁਤ ਖੁਸ਼ੀ ਹੋਈ ਹੈ ਜੀ, ਇੱਕ ਹਸਬੈਂਡ ਜਿਹੜੇ ਕਿ ਆਪਣੀ ਵਾਈਫ ਨੂੰ ਇੰਨਾ ਸਪੋਰਟ ਕਰ ਰਹੇ ਨੇ। ਔਰ ਇਹਨਾਂ ਦੀ ਵਾਈਫ ਨੇ ਦੱਸਿਆ ਹੈ ਕਿ ਆਏ ਸਵੇਰੇ ਹੀ ਪਹੁੰਚੇ ਨੇ ਬਹੁਤ ਦੂਰ ਤੋਂ ਤਾਂ ਕਿ ਇਹਨਾਂ ਦੀ ਵਾਈਫ ਜਿਹੜਾ ਇਸ ਮੁਕਾਬਲੇ ਦਾ ਹਿੱਸਾ ਬਣ ਸਕੇ। ਬਹੁਤ ਸ਼ੁਕਰੀਆ ਜੀ। ਹੁਣ ਗੱਲਬਾਤ ਕਰਦੇ ਹਾਂ ਸਾਡੀ ਇੱਕ ਹੋਰ ਸੋਹਣੀ ਜੀ ਮੁਟਿਆਰ ਦੇ ਨਾਲ, ਰੈੱਡ ਸੂਟ ਵਿੱਚ ਆਏ ਹੋਏ ਨੇ ਔਰ ਸਭ ਤੋਂ ਪਹਿਲੀ ਗੱਲ ਤਾਂ ਬਹੁਤ ਸੋਹਣੇ ਲੱਗ ਰਹੇ ਹੋ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਜੈਸਮੀਨ ਕੌਰ ਬੇਦੀ ਹੈ ਅਤੇ ਮੈਂ ਚੰਡੀਗੜ੍ਹ ਸ਼ਹਿਰ ਦੀ ਰਹਿਣ ਵਾਲੀ ਹਾਂ। ਓ ਵਾਓ, ਲੱਗਦਾ ਅੱਜ ਸੈਮੀਫਾਈਨਲ ਅਤੇ ਫਾਈਨਲ ਵੀ ਦਾ ਜੋ ਤਾਜ ਹੈ ਮਿਸਿਸ ਚੰਡੀਗੜ੍ਹ ਵਿੱਚੋਂ ਹੀ ਕਿਸੇ ਨੂੰ ਇੱਕ ਨੂੰ ਦਿੱਤਾ ਜਾਏਗਾ। ਬਹੁਤ ਸੋਹਣੀਆਂ ਲੱਗ ਰਹੀਆਂ। ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਇਹ ਤੁਹਾਡਾ ਖੁਦ ਦਾ ਡ੍ਰੀਮ ਸੀ ਕਿ ਜਾਂ ਕਿਸੇ ਨੇ ਮੋਟੀਵੇਟ ਕੀਤਾ ਤੁਹਾਨੂੰ ਇਸ ਮੁਕਾਬਲੇ 'ਚ ਪਾਰਟੀਸਪੇਟ ਕਰਨ ਦੇ ਲਈ? ਮੈਮ ਮੇਰਾ ਖੁਦ ਦਾ ਵੀ ਡ੍ਰੀਮ ਸੀ, ਪਲੱਸ ਮੇਰੇ ਹਸਬੈਂਡ ਇਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਸੀਗੀ ਮੈਨੂੰ ਕਿ ਤੁਸੀਂ ਆਪਣੇ ਡ੍ਰੀਮ ਜ਼ਰੂਰ ਫੁਲਫਿਲ ਕਰੋ। ਜੀ ਬਹੁਤ ਵਧੀਆ ਗੱਲ ਆ। ਔਰ ਨਾਲ ਦੀ ਨਾਲ ਹਸਬੈਂਡ ਲੱਗਦਾ ਤੁਹਾਡੀ ਵੀਡੀਓਗ੍ਰਾਫੀ ਕਰ ਰਹੇ ਨੇ, ਆ ਜਾਓ ਜੀ ਸਾਹਮਣੇ ਆ ਜਾਓ। ਪਹਿਲੀ ਗੱਲ, ਇੱਕ ਗੱਲ ਦਾ ਸਾਰੇ ਗਵਾਹ ਨੇ ਕਿ ਜੋੜੀ ਬਹੁਤ ਖੂਬਸੂਰਤ ਹੈ। ਇੱਕ ਵਾਰੀ ਜ਼ੋਰ ਨਾਲ ਤੁਹਾਡੀ ਜੋੜੀ ਦੇ ਨਾਂ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਿਕਰਮ ਬੇਬੀ। ਹਾਂਜੀ, ਇੱਕ ਓਨੈਸਟੀ ਦੱਸ, ਓਨੈਸਟਲੀ ਆਨਸਰ ਦਿਓ, ਤੁਹਾਨੂੰ ਆਪਣੀ ਵਾਈਫ ਤੋਂ ਅੱਜ ਇਸ ਮੁਕਾਬਲੇ ਵਿੱਚ ਜਿੱਤਣ ਦੇ ਕੀ ਉਮੀਦਾਂ ਨੇ? ਪੂਰੀਆਂ ਉਮੀਦਾਂ ਨੇ ਜੀ, ਬਹੁਤ ਜ਼ਿਆਦਾ ਉਮੀਦਾਂ ਨੇ। ਇਨਫੈਕਟ ਇਹਨਾਂ ਦਾ ਡ੍ਰੀਮ ਹੈ, ਹਮੇਸ਼ਾ ਇਹਨਾਂ ਦਾ ਰਹਿੰਦਾ ਇਸ ਚੀਜ਼ ਵਾਸਤੇ ਕਿ ਮੈਂ ਕਲਚਰਲ ਪ੍ਰੋਗਰਾਮ ਜਾਂ ਕਿਸੇ ਵੀ ਜਿੱਥੇ ਡਾਂਸਿੰਗ ਪ੍ਰੋਗਰਾਮ ਹੈ ਉੱਥੇ ਪਾਰਟ ਲੈਣਾ। ਆਈ ਐਮ ਆਲਵੇਜ਼ ਇਨਕਰੇਜ ਹਰ ਕਿ ਜ਼ਰੂਰ ਲਓ। ਜੀ ਬਿਲਕੁਲ, ਅਗਰ ਇੱਦਾਂ ਹੀ ਸਾਰੇ ਹਸਬੈਂਡ ਦੀ ਸੋਚ ਹੋ ਜਾਵੇ ਕਿ ਆਪਣੀ ਵਾਈਫ ਨੂੰ ਅੱਗੇ ਲੈ ਕੇ ਜਾਣਾ ਹੈ, ਅਗਰ ਕਿਸੇ ਦੇ ਅਨਮੈਰਿਡ ਹੁੰਦਿਆਂ ਸੁਪਨੇ ਪੂਰੇ ਨਹੀਂ ਹੋਏ, ਅਗਰ ਉਹਨਾਂ ਨੂੰ ਆਫਟਰ ਮੈਰਿਜ ਚਾਂਸ ਮਿਲ ਰਿਹਾ ਤਾਂ ਇਸ ਤੋਂ ਵਧੀਆ ਹੋਰ ਗੱਲ ਨਹੀਂ ਹੋ ਸਕਦੀ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਹੁਣ ਮੈਂ ਬੁਲਾਉਣਾ ਚਾਹਾਂਗੀ ਅਗਲੀ ਇੱਕ ਬੜੀ ਲੰਮੀ ਉੱਚੀ ਮੁਟਿਆਰ ਨੂੰ ਜੋ ਕਿ ਬਹੁਤ ਸੋਹਣੇ ਲੱਗ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਗੁਰਦੀਪ ਕੌਰ ਹੈ, ਮੈਂ ਖਰੜ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਇਹ ਖਰੜ ਸ਼ਹਿਰ ਤੋਂ ਆਏ ਨੇ, ਆਪਣੇ ਸ਼ਹਿਰ ਬਾਰੇ ਥੋੜ੍ਹਾ ਜਿਹਾ ਦੱਸੋ। ਮੇਰੇ ਸ਼ਹਿਰ 'ਚ ਬਹੁਤ ਜ਼ਿਆਦਾ ਟ੍ਰੈਫਿਕ ਹੈ,
ਠੀਕ ਹੈ ਉੱਧਰ ਨੂੰ ਨਾ ਆਇਓ, ਬਹੁਤ ਜ਼ਿਆਦਾ ਟ੍ਰੈਫਿਕ ਹੈ ਔਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਮੇਰੇ ਸ਼ਹਿਰ ਦੇ ਵਿੱਚ। ਬਿਲਕੁਲ ਓਨੈਸਟੀ ਦੇ ਨਾਲ ਜਵਾਬ ਦਿੱਤਾ ਹੈ ਜੀ, ਟ੍ਰੈਫਿਕ ਵਾਕਈ ਅੱਜ ਕੱਲ੍ਹ ਬਹੁਤ ਹੋ ਚੁੱਕੀ ਹੈ। ਹੋਰ ਕੀ ਤਿਆਰੀ ਕਰਕੇ ਆਇਓ? ਮੈਂ ਪੂਰੀ ਤਿਆਰੀ ਕਰਕੇ ਆਈ ਹਾਂ, ਮੈਨੂੰ ਮਾਣ ਹੈ ਕਿ ਮੈਂ ਪੰਜਾਬਣ ਹੈ, ਮਿਸਿਸ ਪੰਜਾਬਣ 'ਚ ਮੈਂ ਆਈ ਹਾਂ, ਪਾਰਟੀਸਪੇਟ ਕਰਨ ਆਈ ਹਾਂ, ਮੈਂ ਡਾਂਸ ਰੈਡੀ ਕਰਕੇ ਆਈ ਹਾਂ ਐਂਡ ਆਈ ਐਮ ਵੈਰੀ ਪੋਜ਼ਿਟਿਵ ਬਾਈ ਨੇਚਰ ਔਰ ਬਸ ਪੂਰਾ ਜ਼ੋਰ ਲਾ ਦੇਣਾ ਅੱਜ ਕੱਲ੍ਹ। ਤੁਹਾਨੂੰ ਵੇਖ ਕੇ ਤਾਂ ਮੈਨੂੰ ਵੀ ਬੜੀ ਪੋਜ਼ਿਟਿਵ ਐਨਰਜੀ ਮਿਲ ਰਹੀ ਹੈ ਔਰ ਆਈ ਹੋਪ ਔਰ ਮੇਰੀ ਵਿਸ਼ ਹੈ ਕਿ ਜ਼ਰੂਰ ਜਿੱਤੋ ਤੁਸੀਂ ਇਸ ਮਿਸਿਸ ਚੰਡੀਗੜ੍ਹ ਦਾ ਟਾਈਟਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਇੱਕ ਹੋਰ ਮੁਟਿਆਰ ਸਾਡਾ ਸਾਥ ਦੇ ਰਹੇ ਨੇ, ਆਓ ਕਰਦੇ ਹਾਂ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਕੀ ਨਾਮ ਹੈ ਤੁਹਾਡਾ? ਮੈਮ ਮੇਰਾ ਨਾਮ ਦਿਲਜੀਤ ਕੌਰ ਹੈ, ਮੈਂ ਜ਼ਿਲ੍ਹਾ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਔਰ ਮੈਂ ਲੁਧਿਆਣੇ ਤੋਂ ਹੀ ਇੱਥੇ ਆਡੀਸ਼ਨਸ ਲਈ ਆਈ ਹਾਂ। ਓਕੇ। ਬਾਈ ਪ੍ਰੋਫੈਸ਼ਨ ਮੈਂ ਇੱਕ ਟੀਚਰ ਹਾਂ ਔਰ ਇਹ ਮੇਰਾ ਸ਼ੁਰੂ ਤੋਂ ਡ੍ਰੀਮ ਸੀ ਕਿ ਮੈਂ ਮਤਲਬ ਇਹਦੇ ਵਿੱਚ ਪਾਰਟੀਸਪੇਟ ਕਰਾਂ, ਮਿਸਿਸ ਪੰਜਾਬ ਦੇ ਵਿੱਚ। ਹਾਂਜੀ। ਔਰ ਤੁਸੀਂ ਦੱਸਿਆ ਤੁਸੀਂ ਇੱਕ ਟੀਚਰ ਹੋ, ਕਿਹੜਾ ਸਬਜੈਕਟ ਟੀਚ ਕਰਦੇ ਹੋ? ਮੈਮ ਸਾਇੰਸ। ਸਾਇੰਸ, ਦੇਖੋ ਇੱਕ ਸਾਇੰਸ ਦਾ ਆਰਟ ਦੇ ਨਾਲ ਲਿੰਕ ਕਿੰਨਾ ਖੂਬਸੂਰਤ ਔਰ ਕਿੰਨਾ ਵਿਲੱਖਣ ਜਿਹਾ ਲੱਗਦਾ ਨਾ, ਔਰ ਸਾਇੰਸ ਵਾਲੇ ਟੀਚਰ ਮੈਥਸ ਵਾਲੇ ਟੀਚਰ ਉਹ ਵੀ ਪਾਰਟੀਸਪੇਟ ਕਰ ਰਹੇ ਨੇ ਇਹਨਾਂ ਆਰਟਿਸਟਿਕ ਮੁਕਾਬਲਿਆਂ ਦੇ ਵਿੱਚ, ਬਹੁਤ ਵਧੀਆ ਗੱਲ ਹੈ ਜੀ। ਹੋਰ ਤੁਹਾਡੀ ਫੈਮਿਲੀ ਵਿੱਚ ਤੁਹਾਡਾ ਨਾਲ ਕੌਣ ਹੈ? ਮੈਮ ਮੇਰੇ ਹਸਬੈਂਡ ਆਏ ਨੇ ਨਾਲ। ਓਕੇ, ਉਹ ਤੁਹਾਨੂੰ ਪੂਰਾ ਸਪੋਰਟ ਕਰਦੇ ਨੇ? ਹਾਂਜੀ ਮੈਮ, ਪੂਰਾ ਸਪੋਰਟ ਕਰਦੇ। ਸੱਚੀ ਸੱਚੀ ਦੱਸਿਓ, ਮਨਾਉਣ ਲੱਗਿਆ ਕੋਈ ਡਿਫੀਕਲਟੀ ਹੋਈ ਸੀ ਕਿ ਮੰਨ ਗਏ ਸੀ ਛੇਤੀ? ਈਜ਼ਲੀ ਈਜ਼ਲੀ ਮੰਨ ਗਏ ਜੀ। ਚਲੋ ਠੀਕ ਹੈ ਜੀ, ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਜੀ? ਸਾਡੀਆਂ ਕੰਟੈਸਟੈਂਟ ਜਿਹੜੀਆਂ ਆਈਆਂ ਨੇ ਮਿਸਿਸ ਪੰਜਾਬ 2009 ਦੇ ਮੁਕਾਬਲੇ ਵਿੱਚ ਹਿੱਸਾ ਲੈਣ ਔਰ ਉਹਨਾਂ ਦੇ ਫੈਮਿਲੀ, ਉਹਨਾਂ ਦੇ ਹਸਬੈਂਡ ਪੂਰਾ ਪੂਰਾ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਔਰ ਆਓ ਜੀ ਹੋਰ ਗੱਲਬਾਤ ਕਰਦੇ ਹਾਂ ਹੋਰ ਕੰਟੈਸਟੈਂਟ ਦੇ ਨਾਲ। ਕੁਝ ਹੋਰ ਖੂਬਸੂਰਤ ਜਿਹੇ ਚਿਹਰੇ ਜਿਹੜੇ ਮੇਰੇ ਨਾਲ ਖੜ੍ਹੇ ਨੇ ਔਰ ਬੇਹੱਦ ਐਕਸਾਈਟਡ ਨੇ ਮਿਸਿਸ ਪੰਜਾਬ 2019 ਦੇ ਮੁਕਾਬਲੇ ਨੂੰ ਜਿੱਤਣ ਦੇ ਲਈ ਔਰ ਜ਼ਰਾ ਕੁ ਇੱਧਰ ਕੈਮਰਾ ਘੁਮਾਇਓ, ਕਿੰਨੇ ਸੋਹਣੇ ਸੋਹਣੇ ਫੇਸਿਸ ਮੇਰੇ ਨਾਲ ਖੜ੍ਹੇ ਨੇ ਔਰ ਮੈਂ ਚਾਹੁੰਦੀ ਹਾਂ ਕਿ ਜਿਵੇਂ ਮਿਸਿਸ ਪੰਜਾਬ 2009 ਨੂੰ ਰਿਪ੍ਰਜੈਂਟ ਕਰ ਰਹੇ ਨੇ ਔਰ ਪਹਿਲਾਂ ਇੱਕ ਗਰੁੱਪ ਤਾਂ ਬਣਿਆ ਹੀ, ਇੱਕ ਪੰਜਾਬੀ ਬੋਲੀ ਜ਼ਰੂਰ ਹੋ ਜਾਏ ਸਾਰੇ ਗਰੁੱਪ ਵਿੱਚ ਔਰ ਪੂਰਾ ਜੋਸ਼ ਆ ਜਾਣਾ ਚਾਹੀਦਾ ਜੀ ਸਾਰੇ ਹਾਲ ਵਿੱਚ ਤੁਹਾਡੀ ਬੋਲੀ ਦੇ ਨਾਲ। ਕੌਣ ਕਰੇਗੀ ਸਟਾਰਟ? ਹਾਂਜੀ ਜ਼ਰੂਰ। ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਜਿਹੜਾ ਦੇ ਦੇ ਨੀ ਮੁਟਿਆਰੇ ਲੰਬੀ ਬਾਂਹ ਕਰਕੇ, ਜਿਹੜਾ ਦੇ ਦੇ ਨੀ ਮੁਟਿਆਰੇ ਲੰਬੀ ਬਾਂਹ ਕਰਕੇ। ਬੱਲੇ 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 ਚੱਕ ਦੇ। ਬਹੁਤ ਇੰਜੋਏ ਕਰ ਰਹੀਆਂ ਨੇ ਸਾਡੀਆਂ ਮੁਟਿਆਰਾਂ। ਐਕਚੁਲੀ ਕੀ ਗੱਲ ਹੁੰਦੀ ਹੈ ਕਿ ਇੱਕ ਮੁਕਾਬਲਾ ਹੋਣ ਦਾ ਨਰਵਸ ਤਾਂ ਆਪਾਂ ਸਾਰੇ ਹੁੰਦੇ ਹਾਂ ਜਦੋਂ ਕਿਸੇ ਮੁਕਾਬਲੇ 'ਚ ਪਾਰਟੀਸਪੇਟ ਕਰਦੇ ਹਾਂ ਔਰ ਜਦੋਂ ਅਸੀਂ ਇਹਨਾਂ ਨੂੰ ਪਹਿਲਾਂ ਹੀ ਥੋੜ੍ਹਾ ਜਿਹਾ ਇੰਟਰੈਕਸ਼ਨ ਕਰਦੇ ਹਾਂ, ਕੁਝ ਹਾਸਾ ਮਖੌਲ ਕਰਦੇ ਹਾਂ, ਇਹਨਾਂ 'ਚ ਥੋੜ੍ਹਾ ਜਿਹਾ ਕੌਨਫੀਡੈਂਸ ਜ਼ਰੂਰ ਆ ਜਾਂਦਾ ਹੈ। ਠੀਕ ਹੈ ਜੀ, ਔਰ ਮੈਂ ਇਹਨਾਂ ਤੋਂ ਇਹਨਾਂ ਦਾ ਨਾਮ ਪੁੱਛਣਾ ਚਾਹਾਂਗੀ। ਤੁਹਾਡਾ ਨਾਮ? ਗਗਨਦੀਪ। ਤੁਸੀਂ ਕਿਸ ਸਿਟੀ ਤੋਂ ਬਿਲੋਂਗ ਕਰਦੇ ਹੋ? ਜੀ ਮੈਂ ਡੇਰਾ ਵਸੀ ਲਾਲੜੂ। ਓਕੇ। ਹਾਂਜੀ। ਔਰ ਤੁਹਾਡੇ ਅਨੁਸਾਰ ਤੁਹਾਡੇ 'ਚ ਕਿਹੜੀ ਕੁਆਲਿਟੀ ਹੈ ਜਿਹੜੀ ਤੁਹਾਨੂੰ ਜਿਤਾ ਸਕਦੀ ਹੈ? ਮੈਮ ਮੈਨੂੰ ਲੱਗਦਾ ਮੇਰੇ 'ਚ ਸਾਰੀਆਂ ਕੁਆਲਿਟੀਆਂ ਨੇ। ਓਕੇ, ਆਲਰਾਊਂਡਰ ਨੇ, ਮਲਟੀ ਟੈਲੈਂਟਡ ਨੇ, ਇਹਨਾਂ 'ਚ ਸਾਰੀਆਂ ਕੁਆਲਿਟੀਜ਼ ਨੇ। ਠੀਕ ਹੈ ਜੀ, ਅਗਲੀ ਮੁਟਿਆਰ ਸਾਡੇ ਨਾਲ, ਬਹੁਤ ਹੀ ਖੂਬਸੂਰਤ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਿਮਰਨਜੀਤ ਕੌਰ ਹੈ। ਹਾਂਜੀ, ਕਿੱਥੋਂ ਬਿਲੋਂਗ ਕਰਦੇ? ਮੈਂ ਖਰੜ ਤੋਂ ਆਈ ਹਾਂ। ਖਰੜ ਤੋਂ? ਖਰੜ ਤੋਂ ਕਾਫੀ ਜਾਣੇ ਪਾਰਟੀਸਪੇਟ ਕਰ ਰਹੇ ਨੇ, ਤੁਹਾਡੇ ਕੀ ਸ਼ੌਂਕ ਨੇ? ਮੇਰਾ ਸ਼ੌਂਕ ਆਰਟ ਐਂਡ ਕ੍ਰਾਫਟ, ਪੇਂਟਿੰਗ ਅਤੇ ਡਾਂਸਿੰਗ ਹੈ। ਮਸਤੀ ਕਰਨਾ ਮੈਨੂੰ ਬਹੁਤ ਪਸੰਦ ਹੈ। ਠੀਕ ਹੈ ਜੀ, ਵੈਰੀ ਗੁੱਡ। ਹੁਣ ਅਗਲੀ ਮੁਟਿਆਰ, ਹਾਂਜੀ ਬਹੁਤ ਖੂਬਸੂਰਤ, ਕੀ ਨਾਮ ਹੈ ਤੁਹਾਡਾ? ਪਾਇਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਜ਼ੀਰਕਪੁਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਵੈਸੇ ਮੇਰੀ ਸ਼ਾਦੀ ਚੰਡੀਗੜ੍ਹ ਹੋ ਗਈ, ਅਸੀਂ ਹੁਣ ਰੀਸੈਂਟਲੀ ਜ਼ੀਰਕਪੁਰ ਸ਼ਿਫਟ ਹੋ ਗਏ। ਵੈਸੇ ਮੈਂ ਬੇਸਿਕਲੀ ਇੱਕ ਛੋਟੇ ਜਿਹੇ ਸ਼ਹਿਰ ਨੂਰਮਹਿਲ ਤੋਂ ਬਿਲੋਂਗ ਕਰਦੀ ਹਾਂ, ਜਿਹੜੇ ਡਿਸਟ੍ਰਿਕਟ ਜਲੰਧਰ ਦੇ ਵਿੱਚ ਪੈਂਦੇ। ਠੀਕ ਹੈ ਜੀ, ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੀ ਮੈਰਿਜ ਜੋ ਹੈ ਚੰਡੀਗੜ੍ਹ ਵਿੱਚ ਹੋਈ ਹੈ ਔਰ ਚੰਡੀਗੜ੍ਹ ਦੇ ਰੰਗ ਵਿੱਚ ਲੱਗਦਾ ਪੂਰੇ ਰੰਗ ਚੁੱਕੇ ਨੇ ਔਰ ਇਹਨਾਂ ਤੋਂ ਮੈਂ ਪੁੱਛਣਾ ਚਾਹਾਂਗੀ ਕਿ ਤੁਹਾਡੇ 'ਚ ਕਿਹੜੀ ਉਹ ਖਾਸ ਕੁਆਲਿਟੀ ਹੈ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਬਣ ਸਕਦੀ ਹਾਂ, ਬਾਕੀ ਪਿੱਛੇ ਰਹਿਣਗੀਆਂ, ਮੈਨੂੰ ਬਣਨਾ ਚਾਹੀਦਾ ਜੀ ਮਿਸਿਸ ਪੰਜਾਬ 2009? ਕੁਆਲਿਟੀ ਤਾਂ ਉਹ ਸਾਰਿਆਂ 'ਚ ਹੈ ਜਿਹੜੀ ਅਸੀਂ ਲੈ ਕੇ ਆਏ ਹਾਂ, ਅਸੀਂ ਖੁਦ ਦੇ ਵਿੱਚ ਮਿਸਿਸ ਪੰਜਾਬਨ ਹੈਗੇ ਹਾਂ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਮਾਣ ਵਾਲੀ ਗੱਲ ਹੈਗੀ ਹੈ। ਮੈਨੂੰ ਲੱਗਦਾ ਉਹ ਸਭ ਤੋਂ ਵੱਡੀ ਕੁਆਲਿਟੀ ਹੈ ਸਾਡੇ 'ਚ ਵੀ ਅਤੇ ਸਾਰਿਆਂ 'ਚ ਵੀ ਕਿ ਜਿਹੜਾ ਅਸੀਂ ਖੜ ਸਕਦੇ ਹਾਂ, ਅਸੀਂ ਖੁਦ ਦੇ ਵਿੱਚ ਮਿਸਿਸ ਪੰਜਾਬਨ ਹੈਗੇ ਹਾਂ। ਔਰ ਕਿਹੜੀ ਖਾਸ ਹੈ ਜਿਹੜੀ ਤੁਹਾਨੂੰ ਸਾਰਿਆਂ ਨਾਲੋਂ ਵੱਖਰਾ ਕਰਦੀ ਹੈ? ਮੈਨੂੰ ਲੱਗਦਾ ਕਿ ਮੇਰੀ ਪੋਜ਼ਿਟਿਵਿਟੀ, ਮੇਰਾ ਅੱਗੇ ਵਧਣ ਦਾ ਹੌਸਲਾ ਅਤੇ ਮੇਰੇ ਹਸਬੈਂਡ ਦੀ ਸਪੋਰਟ ਜਿਹੜੀ ਹੈਗੀ ਹੈ, ਅਤੇ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਮੇਰੀ ਲਾਈਫ 'ਚ ਅੱਗੇ ਵਧਣ ਲਈ ਮੈਨੂੰ ਬਹੁਤ ਸਪੋਰਟ ਕਰਦੀਆਂ ਨੇ। ਆਪਣੇ ਹਸਬੈਂਡ ਨੂੰ ਬੁਲਾਉਣਾ ਚਾਹੋਗੇ? ਹਾਂਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ। ਔਰ ਤੁਸੀਂ ਤਾਂ ਦੂਰੋਂ ਮੁਸਕਰਾ ਰਹੇ ਸੀ ਕਿ ਜਿਵੇਂ ਮੇਰੀ ਵਾਈਫ ਦੇ ਨਾਲ ਇੰਟਰੈਕਸ਼ਨ ਹੋ ਰਿਹਾ ਔਰ ਬਹੁਤ ਵਧੀਆ ਲੱਗਦਾ ਵੈਸੇ, ਹੈ ਨਾ? ਔਰ ਤੁਸੀਂ ਦੱਸਿਓ
ਕਿ ਤੁਹਾਨੂੰ ਕੋਈ ਡਿਫੀਕਲਟੀ ਆਈ ਸੀ ਆਪਣੇ ਇਨ ਲਾਜ਼ ਦੇ ਵਿੱਚ ਆਪਣੀ ਮਦਰ ਨੂੰ ਫਾਦਰ ਨੂੰ ਮਨਾਉਣ ਦੇ ਵਿੱਚ, ਕਿਉਂਕਿ ਇੱਕ ਨੌਂ ਨੇ ਔਰ ਉਹਨਾਂ ਨੂੰ ਮਨਾਉਣਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ ਕਦੇ? ਐਸਾ ਕੁਛ ਨਹੀਂ। ਚਲੋ, ਇਹ ਬਹੁਤ ਵਧੀਆ ਗੱਲ ਹੈ ਕਿ ਸਾਡੇ ਇਸ ਟਾਈਮ ਦੇ ਵਿੱਚ, ਸਮੇਂ ਵਿੱਚ ਕਾਫੀ ਚੇਂਜ ਆ ਗਿਆ ਕਿ ਹਸਬੈਂਡ ਜਿਹੜੇ ਕੋਆਪਰੇਟਿਵ ਹੋ ਗਏ ਨੇ, ਔਰ ਹਸਬੈਂਡ ਨਹੀਂ ਬਲਕਿ ਮਦਰ ਇਨ ਲਾਜ, ਫਾਦਰ ਇਨ ਲਾਜ ਉਹ ਵੀ ਕਾਫੀ ਸਪੋਰਟ ਕਰਦੇ ਨੇ। ਔਰ ਬਾਕੀ ਤੁਸੀਂ ਮੈਨੂੰ ਓਨੈਸਟਲੀ ਦੱਸਣਾ, ਇਹਨਾਂ ਨੇ ਤੁਹਾਨੂੰ ਟਾਈਮ ਦਿੱਤਾ ਸੀ ਕਿ ਤੂੰ ਇੱਕ ਮਹੀਨਾ ਰੋਟੀਆਂ ਨਹੀਂ ਪਕਾਉਣੀਆਂ, ਬਸ ਡਾਂਸ ਪ੍ਰੈਕਟਿਸ ਕਰਨੀ ਹੈ? ਮੈਂ ਵੈਸੇ ਇੱਕ ਸੱਚੀ ਗੱਲ ਦੱਸਾਂ, ਇਹਨਾਂ ਨੇ ਮੈਨੂੰ 3 ਮਹੀਨੇ ਪਹਿਲੇ ਕਿਹਾ ਸੀਗਾ ਕਿ ਮੈਂ ਤੇਰਾ ਨਾਂ ਲਿਖਾਣਾ, ਤੇ ਮੈਂ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲਿਆ। ਓਕੇ, ਇਹਨਾਂ ਨੇ ਤੁਹਾਨੂੰ ਰਿਕਮੈਂਡ ਕੀਤਾ ਸੀ? ਇਹਨਾਂ ਨੇ ਅਗਸਤ 'ਚ ਮੈਨੂੰ ਪਹਿਲਾਂ ਕਿਹਾ ਸੀ, ਅਗਸਤ 'ਚ ਕਰਾਈ ਸੀ ਜਦੋਂ ਮੇਰਾ ਬਰਥਡੇ ਸੀ, ਤੇ ਇਹਨਾਂ ਨੇ ਕਿਹਾ ਮੈਂ ਤੈਨੂੰ ਬਹੁਤ ਵਧੀਆ ਗਿਫਟ ਦੇਣਾ, ਤੇ ਇਹਨਾਂ ਨੇ ਮੇਰਾ ਨੇਮ ਜਿਹੜਾ ਹੈਗਾ ਉਹਦੇ ਵਿੱਚ ਲਿਖਾਇਆ ਸੀਗਾ, ਤੇ ਮੈਨੂੰ ਲੱਗਦਾ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅੱਛਾ ਗਿਫਟ ਸੀਗਾ ਜਿਹੜਾ ਇੱਥੇ ਆ ਕੇ ਮੈਂ ਮਹਿਸੂਸ ਕਰ ਰਹੀ ਹਾਂ। ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਇਸ ਤੋਂ ਵੱਡਾ ਗਿਫਟ ਕੋਈ ਹੋਰ ਹੋ ਹੀ ਨਹੀਂ ਸਕਦਾ, ਕਿ ਤੁਹਾਡੇ ਹਸਬੈਂਡ ਚਾਹੁੰਦੇ ਨੇ ਕਿ ਮੇਰੀ ਵਾਈਫ ਨੂੰ ਇੱਕ ਦੁਨੀਆ ਦੇ ਵਿੱਚ ਇੱਕ ਪਹਿਚਾਣ ਮਿਲੇ, ਹੈ ਨਾ ਜੀ? ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਕਪਲ ਹੈ ਜੀ, ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ। ਹੁਣ ਗੱਲ ਕਰ ਰਹੇ ਹਾਂ ਇੱਕ ਹੋਰ ਪੰਜਾਬੀ ਪਹਿਰਾਵੇ ਦੇ, ਸਜੀ ਤਜੀ ਮੁਟਿਆਰ ਆ, ਪੁੱਛਦੇ ਹਾਂ ਕੀ ਨਾਂ ਹੈ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? ਮੇਰਾ ਨਾਮ ਬਬਲੀਨ ਕੌਰ ਹੈ। ਬਬਲੀਨ ਕੌਰ? ਬਬਲੀਨ। ਓਕੇ ਬਬਲੀਨ ਕੌਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਪੂਰੇ ਪੰਜਾਬੀ ਅਟਾਇਰ ਵਿੱਚ ਖੜ੍ਹੇ ਹੋ, ਬਿਲਕੁਲ ਜੂਲਰੀ ਵੀ ਔਰ ਜੋ ਤੁਸੀਂ ਆ ਪਹਿਨੇ ਹੋਏ ਆਪਣੇ, ਹੈ ਨਾ, ਪਰਾਂਦਾ ਪਹਿਨਿਆ ਹੋਇਆ ਹੈ ਔਰ ਲੋਟਨ, ਉਹ ਸਾਰਾ ਬਹੁਤ ਸੋਹਣਾ ਲੱਗ ਰਿਹਾ ਜੀ। ਔਰ ਮੈਂ ਤੁਹਾਨੂੂੰ ਇਹ ਪੁੱਛਣਾ ਚਾਹਾਂਗੀ, ਅਗਰ ਤੁਸੀਂ ਮਿਸਿਸ ਪੰਜਾਬ 2009 ਬਣ ਜਾਂਦੇ ਹੋ, ਤੁਹਾਨੂੰ ਕੀ ਲੱਗਦਾ ਤੁਹਾਡੀ ਲਾਈਫ ਕਿਵੇਂ ਚੇਂਜ ਹੋ ਸਕਦੀ ਹੈ? ਪਹਿਲੀ ਗੱਲ ਤਾਂ ਮੈਨੂੰ ਸੁਸਾਇਟੀ ਦੇ ਵਿੱਚ ਬੜਾ ਮਾਣ ਮਹਿਸੂਸ ਹੋਊਗਾ, ਅਤੇ ਮੇਰੀ ਇਨਲੋਜ ਫੈਮਿਲੀ ਦੇ ਵਿੱਚ ਵੀ ਮੈਨੂੰ ਬਹੁਤ ਮਾਣ ਮਿਲੂਗਾ ਵੀ ਹਾਂ ਉਹਨਾਂ ਦੀ ਉਹਨੇ ਕੀਤਾ, ਅਤੇ ਮੈਂ ਅੱਜ ਜਿੱਥੇ ਆਈ ਹਾਂ ਅਤੇ ਅੱਖਾਂ ਦੇ ਵਿੱਚ ਅਤੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਲੈ ਕੇ ਆਈ ਹਾਂ, ਮੇਰੇ ਪਿੱਛੇ ਬਹੁਤ ਸਾਰੇ ਲੋਕਾਂ ਨੇ ਆਪਣੀ ਨੂੰਹਾਂ ਨੂੰ ਕਿਹਾ ਵੀ ਤੁਸੀਂ ਵੀ ਇੱਦਾਂ ਜਾਓ, ਤੁਸੀਂ ਵੀ ਮੋਟੀਵੇਟ ਹੋਵੋ, ਸੋ ਸ਼ਾਇਦ ਮੈਂ ਇੱਕ ਲੋਕਾਂ ਲਈ ਇੱਕ ਐਗਜ਼ਾਮਪਲ ਬਣ ਕੇ ਅੱਗੇ ਆਈ ਹਾਂ। ਵੈਰੀ ਗੁੱਡ, ਕਿਸੇ ਲਈ ਐਗਜ਼ਾਮਪਲ ਬਣਨਾ, ਕਿਸੇ ਨੂੰ ਮੋਟੀਵੇਟ ਕਰਨਾ ਕੁਛ ਕਰਨ ਦੇ ਲਈ, ਇਸ ਤੋਂ ਵੱਧ ਹੋਰ ਵਧੀਆ ਗੱਲ ਕੀ ਹੋ ਸਕਦੀ ਹੈ? ਥੈਂਕ ਯੂ ਜੀ। ਹੁਣ ਅਗਲੀ ਮੁਟਿਆਰ ਸਾਡੇ ਨਾਲ ਖੜ੍ਹੇ ਨੇ, ਪਲੀਜ਼ ਅੱਗੇ ਆ ਜਾਓ ਥੋੜ੍ਹਾ ਜਿਹਾ। ਸਤਿ ਸ਼੍ਰੀ ਅਕਾਲ ਜੀ। ਜੈਸਮੀਨ, ਤੁਹਾਡੀ ਸਮਾਈਲ ਬਹੁਤ ਸੋਹਣੀ ਹੈ, ਲੱਗਦਾ ਤੁਸੀਂ ਆਪਣੀ ਸਮਾਈਲ ਦੇ ਨਾਲ ਜੱਜਸ ਨੂੰ ਕਾਇਲ ਕਰਨਾ ਹੈ ਅੱਜ। ਮੈਂ ਕੈਨੇਡਾ ਤੋਂ ਬਿਲੋਂਗ ਕਰਦੀ ਹਾਂ। ਓਕੇ, ਮੈਂ 36 ਨੂੰ ਮੇਰੀ ਫਲਾਈਟ ਸੀ, ਬਟ ਅਸੀਂ ਐਕਸਟੈਂਡ ਕਰਵਾ ਲਈ ਕਿਉਂਕਿ ਮੈਨੂੰ ਕੱਲ੍ਹ ਹੀ ਪਤਾ ਲੱਗਿਆ ਕਿ ਕੰਟੈਸਟ ਹੋ ਰਿਹਾ, ਅਤੇ ਮੈਂ ਆਪਣੀ ਐਕਸਟੈਂਡ ਕਰਕੇ ਹਸਬੈਂਡ ਤੰਗ ਕਰਕੇ ਅਤੇ ਲੈ ਕੇ। ਦੇਖੋ ਜੀ, ਵੇਖੋ ਕਿੰਨੀ ਐਕਸਾਈਟਮੈਂਟ ਹੈ ਮਿਸਿਸ ਪੰਜਾਬ 2009 ਦੇ ਇਹਨਾਂ ਮੁਕਾਬਲੇ ਵਿੱਚ, ਕਿ ਫਲਾਈਟਸ ਤੱਕ ਜਿਹੜੀਆਂ ਐਕਸਟੈਂਡ ਹੋ ਰਹੀਆਂ ਨੇ, ਤੋ ਇੰਨਾ ਉਤਸ਼ਾਹ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ। ਔਰ ਬਾਕੀ ਤੁਸੀਂ ਦੱਸੋ, ਕੌਨਫੀਡੈਂਸ ਪੂਰਾ ਹੈ? ਹਾਂਜੀ ਹਾਂਜੀ ਬਿਲਕੁਲ ਜੀ, ਡਰ ਤਾਂ ਨਹੀਂ ਲੱਗ ਰਿਹਾ? ਚਲੋ, ਸਾਡੀਆਂ ਸ਼ੁਭੇਚਛਾਵਾਂ ਤੁਹਾਡੇ ਨਾਲ, ਔਰ ਮਿਲਦੇ ਹਾਂ ਅਸੀਂ ਆਪਣੇ ਮੁਕਾਬਲੇ ਦੇ ਵਿੱਚ। ਥੈਂਕ ਯੂ। ਮਿਸਿਸ ਪੰਜਾਬਨ 2019 ਦੇ ਮੁਕਾਬਲੇ ਵਿੱਚ ਬਹੁਤ ਸਾਰੀਆਂ ਫੈਮਿਲੀਜ਼, ਹਸਬੈਂਡ ਸਪੋਰਟ ਕਰ ਰਹੇ ਨੇ ਕਿ ਸਾਡੀ ਹੀ ਵਾਈਫ ਜਿਹੜੀ ਹੈ ਉਹ ਜਿੱਤਣੀ ਚਾਹੀਦੀ ਹੈ ਜੀ। ਇੱਕ ਬਹੁਤ ਸੋਹਣੀ ਫੈਮਿਲੀ ਮੇਰੇ ਨਾਲ ਖੜ੍ਹੀ ਹੈ ਔਰ ਜੋ ਕਿ ਆਪਣੀ ਬੇਟੀ ਦੇ ਨਾਲ ਸਾਥ ਦੇਣ ਆਏ ਨੇ ਇਸ ਮੁਕਾਬਲੇ ਦੇ ਵਿੱਚ। ਆਓ ਗੱਲ ਕਰਦੇ ਹਾਂ ਜੀ ਬਬਲੀਨ ਦੇ ਮਦਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ? ਬਹੁਤ ਅੱਛਾ ਜੀ, ਤੁਹਾਡੇ ਨਾਲ ਬਹੁਤ ਅੱਛਾ ਹੋ ਗਿਆ। ਥੈਂਕ ਯੂ ਜੀ, ਥੈਂਕ ਯੂ। ਔਰ ਜਿਵੇਂ ਤੁਸੀਂ ਵੀ ਬੜੇ ਖੂਬਸੂਰਤ ਲੱਗ ਰਹੇ, ਮੈਂ ਤਾਂ ਚਾਹੁੰਦੀ ਹਾਂ ਤੁਸੀਂ ਵੀ ਪਾਰਟੀਸਪੇਟ ਕਰ ਲਓ ਕਿਉਂਕਿ ਮਿਸਿਸ ਦਾ ਹੀ ਮੁਕਾਬਲਾ ਹੈ ਜੀ। ਤੁਸੀਂ ਜੀ 45 ਕਰੋ, ਅਸੀਂ ਤਾਂ ਤਿਆਰ ਹਾਂ ਜੀ, ਤੁਸੀਂ 40 ਤੱਕ ਰੱਖਿਆ ਸੀ, 45 ਆ ਇਹ ਗੱਲ ਕਹਿਣੀ ਜੀ, 40-55 ਤੱਕ ਕਿੰਨਾ ਕੁ ਟੈਲੈਂਟ ਘੱਟ ਜਾਂਦਾ। ਬਿਲਕੁਲ ਸਹੀ, ਬਿਲਕੁਲ ਸਹੀ ਗੱਲ ਕੀਤੀ ਹੈ ਜੀ, ਇੱਕ ਵਾਰ ਜ਼ੋਰਦਾਰ ਤਾੜੀਆਂ ਮੈਮ ਦੇ ਲਈ। ਦੇਖੋ, ਇਹ ਜਿਹੜੀ ਤੁਹਾਡੀ ਰਿਕੁਐਸਟ ਹੈ ਔਰ ਡਿਮਾਂਡ ਹੈ, ਫਰਮਾਇਸ਼ ਹੈ, ਮੈਂ ਜ਼ਰੂਰ ਸਾਡੇ ਔਰਗਨਾਈਜ਼ਰ ਜੋ ਡਾਇਰੈਕਟਰ ਪਰਮਿੰਦਰ ਸਿੰਘ ਜੀ ਨੂੰ ਪਹੁੰਚਾਉਣਾ ਚਾਹਾਂਗੀ ਕਿ ਏਜ ਲਿਮਿਟ ਥੋੜ੍ਹੀ ਮੈਕਸੀਮਮ ਕਰੋ ਤਾਂ ਕਿ ਵੱਧ ਤੋਂ ਵੱਧ ਮਿਸਿਸ ਜਿਹੜੀਆਂ ਇਸ ਮੁਕਾਬਲੇ 'ਚ ਪਾਰਟੀਸਪੇਟ ਕਰ ਸਕਣ। ਹੋਰ ਤੁਹਾਨੂੂੰ ਕਿਵੇਂ ਦਾ ਲੱਗ ਰਿਹਾ ਜੀ ਤੁਹਾਡੀ ਬੇਟੀ ਪਾਰਟੀਸਪੇਟ ਕਰ ਰਹੀ ਹੈ? ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ, ਸਾਨੂੰ ਅਸੀਂ ਆਪਣੇ ਸੁਪਨੇ ਇਹਦੇ ਵਿੱਚ ਸਾਕਾਰ ਹੋਏ ਦੇਖ ਰਹੇ ਹਾਂ ਜੀ। ਜੀ ਇਹ ਤਾਂ ਤੁਹਾਡੀ ਮੈਨੂੰ ਅੱਖਾਂ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਕਿੰਨਾ ਪਿਆਰ ਜਾਂ ਜਿਤਾ ਰਹੇ ਹੋ, ਬਹੁਤ ਵਧੀਆ ਗੱਲ ਹੈ। ਜੋ ਆਪਣੇ ਸੁਪਨੇ ਨਹੀਂ ਸਾਕਾਰ ਹੁੰਦੇ ਨਾ, ਉਹ ਆਪਾਂ ਆਪਣੇ ਬੱਚਿਆਂ ਵਿੱਚ ਦੇਖਦੇ ਹਾਂ। ਚਲੋ, ਇਹ ਵੀ ਬਹੁਤ ਵਧੀਆ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਚਾਹੁੰਦੇ ਹਾਂ ਕਿ ਉਹ ਵੀ ਅੱਗੇ ਵਧਣ ਔਰ ਫੀਲਡ ਦੇ ਵਿੱਚ ਤਰੱਕੀਆਂ ਕਰਨ। ਔਰ ਨਾਲ ਹੀ ਇਹਨਾਂ ਦੇ ਖੜ੍ਹੇ ਨੇ ਬਬਲੀਨ ਜੀ ਦੇ ਹਸਬੈਂਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ? ਠੀਕ ਠਾਕ, ਤੁਸੀਂ ਸੁਣਾਓ ਜੀ, ਕੀ ਹਾਲ ਹੈ? ਬਸ ਵਧੀਆ, ਠੀਕ ਠਾਕ। ਤੁਹਾਡੇ ਵਾਈਫ ਅੱਜ ਪਾਰਟੀਸਪੇਟ ਕਰਨ ਜਾ ਰਹੇ ਨੇ ਇੱਕ ਪੰਜਾਬ ਦੇ ਬਹੁਤ ਹੀ ਖੂਬਸੂਰਤ ਅਤੇ ਵਿਲੱਖਣ ਮੁਕਾਬਲੇ ਦੇ ਵਿੱਚ। ਤੁਹਾਡੀਆਂ ਕੀ ਐਕਸਪੈਕਟੇਸ਼ਨਸ ਨੇ ਔਰ ਤੁਸੀਂ ਕੀ ਸੋਚ ਕੇ ਆਏ ਹੋ ਕਿ ਮੇਰੀ ਵਾਈਫ ਦੀ ਪਰਫੋਰਮੈਂਸ ਕਿੱਦਾਂ ਦੀ ਹੋਣ ਵਾਲੀ ਹੈ? ਦੇਖੋ ਜੀ, ਫਸਟ ਆਫ ਆਲ ਮੈਂ ਇਹ ਕਹਿਣਾ ਚਾਹੁੰਦਾ
ਕਿ ਅਸੀਂ ਜਾ ਕੇ ਉੱਥੇ ਆਪਣਾ ਟੈਲੈਂਟ ਦਿਖਾਈਏ, ਅਤੇ ਇੱਕ ਉਹਨਾਂ ਲਈ ਬਹੁਤ ਵਧੀਆ ਪਲੇਟਫਾਰਮ ਆ, ਹੈ ਨਾ, ਵੀ ਜੋ ਆਪਣੇ ਸੁਪਨੇ ਜੀਣਾ ਚਾਹੁੰਦੇ ਨੇ, ਹੈ ਨਾ, ਚੰਗੀ ਤਰ੍ਹਾਂ, ਉਹਦੇ ਲਈ ਅਸੀਂ ਵੀ ਪੂਰੀ ਸਪੋਰਟ ਕਰਨ ਨਾਲ ਆਏ ਹਾਂ ਵੀ ਚਲੋ ਜੋ ਇਹਨਾਂ ਦੇ ਅੱਖਾਂ ਦੇ ਵਿੱਚ ਸੁਪਨੇ ਦੇਖੇ ਹੋਏ ਨੇ, ਕੋਈ ਗੱਲ ਨਹੀਂ, ਰਨਰ ਅਪ ਜਿਹੜਾ ਮਰਜ਼ੀ ਹੋਣ, ਪਰ ਇੱਕ ਇਹ ਆ ਵੀ ਇਹਨਾਂ ਨੂੰ ਅੱਗੇ ਵਾਸਤੇ ਮੋਟੀਵੇਸ਼ਨ ਮਿਲਦੀ ਹੈ, ਅੱਗੇ ਲਈ ਕੋਨਫੀਡੈਂਸ ਲੈਵਲ ਵੱਧਦਾ ਆ, ਅਤੇ ਬਹੁਤ ਵਧੀਆ ਉਪਰਾਲਾ ਹੋਇਆ ਹੈ ਜੀ ਇਹ ਮਿਸਿਸ ਪੰਜਾਬ ਦਾ, ਅਸੀਂ ਬਹੁਤ ਖੁਸ਼ ਹਾਂ ਇਹਦੇ ਲਈ, ਬਹੁਤ ਵਧੀਆ ਉਪਰਾਲਾ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ ਗੱਲ ਕੀਤੀ ਹੈ ਕਿ ਹਾਰਾਂ ਜਿੱਤਾਂ 'ਚ ਨਹੀਂ ਕੁਛ ਰੱਖਿਆ, ਪਾਰਟੀਸਪੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਔਰ ਇਹੀ ਸਭ ਤੋਂ ਵੱਧ ਮਾਇਨੇ ਰੱਖਦੀ ਹੈ, ਔਰ ਜੋ ਇੱਥੋਂ ਜਿੱਤ ਕੇ ਜਾਣਗੇ ਉਹ ਤਾਂ ਓਬਵੀਅਸਲੀ ਨੈਕਸਟ ਸਟੈਪ 'ਤੇ ਜਾਣਗੇ, ਉਹ ਹਾਰਨਗੇ ਉਹ ਉਸ ਤੋਂ ਵੀ ਵੱਧ ਤਜ਼ਰਬਾ ਗੇਨ ਕਰਕੇ ਜਾਣਗੇ, ਔਰ ਨੈਕਸਟ ਟਾਈਮ ਜਦੋਂ ਪਾਰਟੀਸਪੇਟ ਕਰਨਗੇ ਔਰ ਉਸ ਮਿਸਟੇਕ ਨੂੰ ਬਾਅਦ ਵਿੱਚ ਨਹੀਂ ਦੁਹਰਾਉਣਗੇ, ਔਰ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ। ਜਿੰਨੇ ਵੀ ਅੱਜ ਮਿਸਿਸ ਪੰਜਾਬ ਦੇ ਈਵੈਂਟ ਦੇ ਵਿੱਚ ਪਾਰਟੀਸਪੇਟ ਕਰਨ ਆਈਆਂ ਨੇ, ਸੋਹਣੀਆਂ ਸੋਹਣੀਆਂ ਮੁਟਿਆਰਾਂ, ਤੁਸੀਂ ਦੇਖਿਆ ਕੋਮਲ ਨੇ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਕਿਰਨ ਨੇ, ਅਤੇ ਸਾਰਿਆਂ ਦੇ ਦਿਲਾਂ ਦੀਆਂ ਜਿਹੜੀਆਂ ਰੀਜ਼ਾਂ ਨੇ ਉਹਨਾਂ ਦੇ ਜਿਹੜੇ ਪੇਕੇ ਤਾਂ ਪੂਰੀਆਂ ਕਰਦੇ ਨੇ, ਅਤੇ ਉਹਨਾਂ ਦੇ ਸਹੁਰਿਆਂ ਪਾਸੋਂ ਵੀ ਉਹਨਾਂ ਨੂੰ ਜਿਹੜੀ ਸਪੋਰਟ ਮਿਲਦੀ ਹੈ ਵਾਕਈ ਕਾਬਲੇ ਤਾਰੀਫ ਹੈ। ਹੁਣ ਆਪਾਂ ਸਾਰੇ ਅੰਦਰ ਚੱਲੀਏ, ਇਸ ਤੋਂ ਪਹਿਲਾਂ ਸਾਡੇ ਅੱਜ ਇੱਕ ਹੋਰ ਮਹਿਮਾਨ ਸਾਡੇ ਨਾਲ ਤਸ਼ਰੀਫ ਫਰਮਾ ਨੇ, ਮੈਂ ਗੁਜ਼ਾਰਿਸ਼ ਕਰੂੰਗਾ ਕਿ ਸਾਡੇ ਪੰਜਾਬ ਦੀ ਬਹੁਤ ਹੀ ਪਿਆਰੀ ਮਾਡਲ ਅਦਾਕਾਰਾ ਦਿਵਿਆ ਸ਼ਰਮਾ ਜੀ ਸਾਡੇ ਨਾਲ ਨੇ, ਦਿਵਿਆ ਜੀ ਪਲੀਜ਼ ਜੁਆਇਨ ਕਰੋ, ਅਤੇ ਮੈਂ ਚਾਹੂੰਗਾ ਰੰਧਾਵਾ ਸਾਹਿਬ ਇਹਨਾਂ ਤੋਂ ਵੀ ਸੋਹਣੇ ਸੋਹਣੇ ਕੁਸ਼ਚਨ ਪੁੱਛੋ ਜਰਾ, ਆਓ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਇੱਕ ਬਹੁਤ ਖੂਬਸੂਰਤ ਜਿਹਾ ਚਿਹਰਾ, ਇੱਕ ਗੋਰਜੀਅਸ ਪਰਸਨੈਲਿਟੀ ਮੇਰੇ ਨਾਲ ਖੜ੍ਹੇ ਨੇ, ਔਰ ਮੈਂ ਇੱਕ ਗੱਲ ਤਾਂ ਪੂਰੇ ਗਰੰਟੀ ਦੇ ਨਾਲ ਕਹਿ ਸਕਦੀ ਹਾਂ ਕਿ ਇਹਨਾਂ ਦੇ ਨਾਲ ਮਿਲ ਕੇ ਔਰ ਇਹਨਾਂ ਨੂੰ ਫਸਟ ਝਲਕ ਵਿੱਚ ਤੁਸੀਂ ਇਹਨਾਂ ਦੇ ਫੈਨ ਹੋ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਸੋ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਦਿਵਿਆ ਸ਼ਰਮਾ, ਮਿਸਿਸ ਚਾਰਮਿੰਗ 2018 ਮਿਸਿਸ ਪੰਜਾਬ, ਅਤੇ ਪਹਿਲਾਂ ਤਾਂ ਗੁੱਡ ਲੱਕ ਟੂ ਆਲ ਦ ਪਾਰਟੀਸੀਪੈਂਟਸ, ਠੀਕ ਹੈ, ਆਪਣਾ ਬੈਸਟ ਦਿਓ, ਅਤੇ ਮੇਰਾ ਵੀ ਇਹ ਟਾਈਮ ਆਇਆ ਸੀ ਲਾਸਟ ਈਅਰ, ਮੈਂ ਵੀ ਨਰਵਸ ਸੀਗੀ, ਬਟ ਆਪਣਾ ਬੈਸਟ ਦੇਣਾ, ਕਿਉਂਕਿ ਇੱਥੇ ਆ ਕੇ ਜਿੰਨਾ ਮੈਂ ਗੇਨ ਕੀਤਾ, ਮਤਲਬ ਕਿ ਮੈਂ ਦੱਸ ਨਹੀਂ ਸਕਦੀ, ਮੇਰਾ ਐਕਸਪੀਰੀਅੰਸ ਇੰਨਾ ਵਧੀਆ ਰਿਹਾ ਕਿ ਲਾਈਕ ਇੱਕ ਇੱਕ ਚੀਜ਼ ਸਿੱਖੀ, ਕੌਨਫੀਡੈਂਸ, ਕੈਮਰਾ, ਹੈ ਨਾ, ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਜਜਮੈਂਟਸ 'ਤੇ ਕਿੰਨੀ ਵਾਰ ਗਈ ਹਾਂ, ਈਵੈਂਟਸ 'ਤੇ ਜਾਂਦੀ ਹਾਂ, ਲਾਈਕ ਬਹੁਤ ਹੀ ਵਧੀਆ ਮੇਰੀ ਲਾਈਫ ਹੋ ਗਈ, ਇੱਕ ਸੈਲੀਬ੍ਰਿਟੀ ਵਾਲੀ ਲਾਈਫ ਹੋ ਗਈ ਆ, ਸਾਰਾ ਕ੍ਰੈਡਿਟ ਜਾਂਦਾ ਮਿਸਿਸ ਪੰਜਾਬ ਨੂੰ ਅਤੇ 9 to 9 ਐਂਟਰਟੇਨਮੈਂਟ ਨੂੰ। ਥੈਂਕ ਯੂ ਪਰਮਿੰਦਰ ਸਰ, ਅਤੇ ਥੈਂਕ ਯੂ 9 to 9 ਐਂਟਰਟੇਨਮੈਂਟ, ਅਤੇ ਗੁੱਡ ਲੱਕ ਟੂ ਆਲ ਦ ਪਾਰਟੀਸਪੈਂਟਸ, ਆਪਣਾ ਬੈਸਟ ਦਿਓ, ਸਾਰਿਆਂ ਦਾ ਬੈਸਟ ਹੀ ਹੋਏਗਾ, ਮੈਨੂੰ ਪਤਾ, ਸਾਰੇ ਬਹੁਤ ਸੋਹਣੇ ਲੱਗ ਰਹੇ ਹਾਂ। ਰੰਧਾਵਾ ਜੀ, ਅਸੀਂ ਇਹ ਸਾਰੀਆਂ ਸੋਹਣੀਆਂ ਸੋਹਣੀਆਂ ਮੁਟਿਆਰਾਂ ਨੂੰ ਆਪਣੇ ਨਾਲ ਲੈ ਕੇ ਅੰਦਰ ਚੱਲੀਏ, ਆ ਜਾਓ ਸਾਡੇ ਨਾਲ, ਆ ਜਾਓ ਜੀ, ਰੌਣਕਾਂ ਲਾਈਏ, ਸਟੇਜ ਮੰਚ ਸਜ ਚੁੱਕਿਆ ਹੈ, ਸੋਹਣੇ ਸੋਹਣੇ। ਹੂ ਵਿਲ ਬੀ ਦਾ ਮਿਸਿਸ ਚੰਡੀਗੜ੍ਹ 2019 ਟੂਡੇ, ਕੌਣ ਬਣੇਗੀ ਮਿਸਿਸ ਚੰਡੀਗੜ੍ਹ ਪੰਜਾਬ 2019? ਕਰਦਾ ਤੇ ਲਾ ਦੇ ਕਰਦਾ